ਤੁਸੀਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਦੁਨੀਆ ਦੇ ਇੱਕ ਬਹੁਤ ਵੱਡੇ ਵਿਸ਼ਾਲ ਦੇਸ਼ 'ਚ ਰਹੇ, ਐਜੂਕੇਸ਼ਨ ਹਾਸਿਲ ਕੀਤੀ, ਰਾਜਨੀਤੀ ਨੂੰ ਦੇਖਿਆ, ਲੋਕ ਤਾਂ ਵਿਦੇਸ਼ ਚਲੇ ਜਾਂਦੇ ਨੇ, ਵਾਪਸ ਨਹੀਂ ਆਉਂਦੇ, ਇਹ ਫੈਸਲਾ ਕਿੱਦਾਂ ਲਿਆ ਗਿਆ ਕਿ ਵਾਪਸ ਆਇਆ ਜਾਵੇ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਪੰਜਾਬ ਦੇ ਵਿੱਚ? ਮੇਰਾ ਪਿੰਡ ਤਾਰਾ, ਜਨਮ ਮੇਰਾ ਇੱਥੇ ਹੋਇਆ, ਬਾਹਰ ਗਏ ਪੜ੍ਹੇ, ਆਕਸਫੋਰਡ ਯੂਨੀਵਰਸਿਟੀ ਡਾਕਟਰੀ ਕੀਤੀ, ਕਾਰੋਬਾਰ ਕੀਤਾ ਉੱਥੋਂ। ਇਹ ਜਿਹੜਾ ਹਲਕਾ ਕਿਲਾ ਰੈਪੁਰਾ, ਇੱਥੋਂ ਕਾਂਗਰਸ ਪਾਰਟੀ ਕਦੇ ਜਿੱਤੀ ਨਹੀਂ ਸੀਗੀ। ਸੋ ਸਾਨੂੰ ਲੰਡਨ ਤੋਂ ਸੱਦਿਆ ਗਿਆ ਲਈ ਇਹ ਜਿਹੜੀ ਇੱਕ ਸੀਟ ਆ ਇਹ ਕਾਂਗਰਸ ਪਾਰਟੀ ਨੇ ਕਦੇ ਜਿੱਤੀ ਨਹੀਂ ਗੀ, ਅਤੇ ਤੁਸੀਂ ਆ ਕੇ ਇੱਥੇ ਆਪਣਾ ਬੇਸ ਬਣਾਓ। ਸਪੈਸ਼ਲ ਮਿਸ਼ਨ 'ਤੇ ਆਏ ਸੀਗੇ ਉਸ ਵੇਲੇ ਸਨ 2002 'ਚ। ਸਰ ਮੇਰੇ ਮਦਰ ਸੀਗੇ ਜਿਹਨਾਂ ਦਾ ਪਾਸਪੋਰਟ ਇੰਡੀਅਨ ਸੀਗਾ, ਕ੍ਰੈਡੀਬਲ ਮੈਂਬਰ ਆਫ ਦਾ ਫੈਮਿਲੀ। ਸੋ 2002 ਦੀ ਇਲੈਕਸ਼ਨ ਮੇਰੇ ਮਦਰ ਲੜੇ, ਕਿਉਂਕਿ ਜਦੋਂ ਟਿਕਟ ਮਿਲਦਾ ਬੰਦੇ ਭੱਜੇ ਭੱਜੇ ਹਲਕੇ ਜਾਂਦੇ ਨੇ, ਦਿਨ ਬੜੇ ਥੋੜ੍ਹੇ ਰਹਿ ਜਾਂਦੇ ਨੇ, ਸਾਡੀ ਕੋਈ ਬੇਸ ਨਹੀਂ ਸੀ ਇੱਥੇ। ਜਦੋਂ ਪਹੁੰਚੇ ਤਾਂ ਫਾਦਰ ਨੇ ਆਪਣੀ ਕਾਲਜ ਦੀ ਫੋਟੋ ਕੱਢ ਲਈ ਵੀ ਇਹ ਬੰਦੇ ਮੇਰਾ ਸਾਥ ਦੇਣਗੇ। ਅਸੀਂ ਪਤਾ ਕੀਤਾ ਬੰਦੇ ਕਿੱਥੇ ਨੇ, ਉਹਨਾਂ ਦੇ ਸਾਥੀ, ਉਹਨਾਂ ਦੇ ਕਲਾਸ ਫੈਲੋਸ, ਅਤੇ ਕੁਛ ਤਾਂ ਆਪਣਾ ਸਾਥ ਛੱਡ ਗਏ ਸੀਗੇ, ਕੁਛ ਬਾਹਰ ਚਲੇ ਗਏ ਸੀਗੇ। ਉਹ ਫੋਟੋ ਜੀ ਤਾਂ ਮਿਲਦਾ 27 ਜਾਂ 28 ਗ੍ਰੈਜੂਏਟ ਸੀਗੇ, ਉਹਦੇ 'ਚੋਂ ਸਾਨੂੰ ਇੱਥੇ 7 ਲੱਭੇ। ਸੋ ਉਹਨਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਅਤੇ ਦੋਸਤ ਮਿੱਤਰਾਂ ਦੇ ਨਾਲ ਅਸੀਂ ਕੈਂਪੇਨ ਸ਼ੁਰੂ ਕੀਤੀ। ਪੰਥਿਕ ਸੀਟ ਮੰਨੀ ਜਾਂਦੀ ਸੀ ਕਿਲਾ ਰੈਪੁਰ, ਲੇਕਿਨ ਫਿਰ ਵੀ ਜਨਤਾ ਨੇ ਸਾਥ ਭਾਅ ਦਿੱਤਾ, ਲੇਕਿਨ ਅਖੀਰ 'ਤੇ 6000 ਵੋਟ 'ਤੇ ਰਹਿ ਗਏ। ਲੇਕਿਨ ਜਨਤਾ ਨੇ ਵਾਅਦਾ ਕੀਤਾ ਸੀਗਾ ਵੀ ਜਿੱਤੀਏ ਹਰੀਏ ਇੱਥੇ ਰਵਾਂਗੇ, ਤੁਹਾਡੇ ਨਾਲ ਕੰਮ ਕਰਾਂਗੇ। ਤੁਸੀਂ ਪਹਿਲੀ ਵਾਰ ਚੋਣ ਲੜੀ ਅਤੇ ਪਹਿਲੀ ਵਾਰ ਜਿੱਤ ਗਏ ਹਾਂ? ਮੈਂ ਪਹਿਲੀ ਚੋਣ ਸੀ। ਮੰਨਿਆ ਤੁਹਾਡਾ ਮਿਸ਼ਨ ਸੀਗਾ ਇੱਥੇ ਇੱਕ ਖਾਸ ਆਉਣ ਦਾ, ਐਜ਼ ਐਨਆਰਆਈ ਇੱਥੇ ਆਏ, ਅਤੇ ਤੁਹਾਨੂੰ 1% ਲਈ ਵੀ ਲੱਗਿਆ ਕਿ ਇੱਥੇ ਸਰਵਾਈਵਲ ਥੋੜ੍ਹਾ ਮੁਸ਼ਕਿਲ ਹੋ ਜਾਏਗਾ? ਕਹਿੰਦੇ ਵੀ ਅਸੀਂ ਤਾਂ ਜਦੋਂ ਆਉਂਦੇ ਹੁੰਦੇ ਸੀਗੇ ਇਸੇ ਪਿੰਡ ਦੀ ਗਲੀਆਂ 'ਚ ਖੇਡਦੇ ਹੁੰਦੇ ਸੀਗੇ, ਅਸੀਂ ਲਟਾਲੇ ਰਹਿੰਦੇ ਸੀ। ਲਵ ਤੋਂ ਮੇਰੇ ਨਾਨਕੀਏ ਨੇ, ਜਿਹੜੇ ਵੀ ਪਿੰਡਾਂ 'ਚ ਆਪਣੇ ਰਿਸ਼ਤੇਦਾਰੀਆਂ, ਸਾਰਾ ਕੁਝ ਰਾਤ ਜਾ ਕੇ ਰਹਿੰਦੇ ਹੁੰਦੇ ਸੀਗੇ। ਸੋ ਇਹ ਜਿਹੜਾ ਰੂਰਲ ਇਨਵਾਇਰਮੈਂਟ ਆ, ਸਾਡੇ ਲਈ ਕੋਈ ਏਲੀਅਨ ਨਹੀਂ ਸੀਗਾ। ਜਿਸ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਤੋਂ 10-15-20 ਸਾਲ ਪਹਿਲਾਂ ਦੀ, ਉਸ ਵੇਲੇ ਬਾਹਰ ਦੀਆਂ ਚੀਜ਼ਾਂ ਦਾ, ਬਾਹਰ ਦੇ ਲੋਕਾਂ ਦਾ ਬੜਾ ਕਰੇਜ਼ ਸੀ। ਪਿੰਡ ਦੀ ਕਿਸੇ ਫੈਮਿਲੀ 'ਚ ਕੋਈ NRI ਲੋਕ ਆਉਂਦੇ ਸੀ, ਪਿੰਡ ਦੇ ਲੋਕ ਜਿਹਨਾਂ ਦੇ ਘਰੋਂ ਕੋਈ ਬਾਹਰ ਹੀ ਸੀਗਾ, ਇਕੱਠੇ ਹੋ ਜਾਂਦੇ ਸੀਗੇ। ਏਦਾਂ ਦੀ ਕੋਈ ਤੁਹਾਨੂੰ ਇੰਸੀਡੈਂਟ, ਕੋਈ ਮੌਕਾ ਯਾਦ ਹੈ? ਮੈਨੂੰ ਯਾਦ ਆ, ਛੋਟੇ ਸੀਗੇ, ਮੇਰੀ ਉਮਰ ਹੋਣੀ ਆ 10 ਸਾਲ ਦੀ, ਮਾਈ ਬ੍ਰਦਰ 7 ਸਾਲ ਦਾ, ਮਾਡਲ ਟਾਊਨ 'ਚ ਅਸੀਂ ਮੇਰੇ ਫੁੱਫੜ ਜੀ ਲੈ ਗਏ ਸਾਨੂੰ ਆਪਦੇ ਮੋਟਰਸਾਈਕਲ ਤੇ, ਸਕੂਟਰ ਤੇ ਜਾਂ ਮੋਟਰਸਾਈਕਲ ਤੇ ਬਿਠਾ ਕੇ, ਤੇ ਉਹਨਾਂ ਨੇ ਜਾਣਾ ਸੀ ਲੌਂਡਰੀ ਸ਼ਾਪ ਦੇ ਵਿੱਚ, ਤੇ ਇੱਕ ਹੋਰ ਫਾਦਰ ਉਹ ਆਪਦੇ ਬੱਚੇ ਨਾਲ ਲੈ ਕੇ ਜਾ ਰਿਹਾ ਸੀ। ਜਦੋਂ ਸਾਨੂੰ ਦੇਖਿਆ ਉਹਨਾਂ ਨੇ ਆਪਦੇ ਬੱਚੇ ਨੂੰ ਕਿਹਾ ਇਹਨਾਂ ਦੀ ਸਿਹਤ ਦੇਖੋ, ਇਹੋ ਜਿਹੀ ਸਿਹਤ ਹੋਣੀ ਚਾਹੀਦੀ। ਸੋ ਗੱਲ ਠੀਕ ਆ ਵੀ NRI ਨੂੰ ਤੁਸੀਂ ਦੇਖਦੇ ਹੋ ਦੂਰੋਂ ਪਤਾ ਲੱਗ ਜਾਂਦਾ ਵੀ ਇਹ NRI ਆ, ਲੇਕਿਨ ਨੁਕਸਾਨ ਵੀ ਹੋ ਜਾਂਦਾ, ਇੱਥੇ ਲੱਗਦਾ ਛਪਾਰ ਦਾ ਮੇਲਾ। ਮੈਂ 10 ਜਾਂ 11 ਸਾਲ ਦਾ ਸੀਗਾ, ਪੇਰੈਂਟਸ ਮੈਨੂੰ ਇੱਥੇ ਛੱਡ ਗਏ, ਕਹਿੰਦੇ ਵੀ ਥੋੜ੍ਹਾ ਬਹੁਤਾ ਹੋਰ ਘੁੰਮ ਫਿਰ ਲਓ। ਮੇਰੇ ਫੁੱਫੜ ਜੀ ਜਿਹੜੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਪ੍ਰੋਫੈਸਰ ਉਸ ਵੇਲੇ ਸੀਗੇ, ਉਹ ਕਹਿੰਦੇ ਆਪਾਂ ਚੰਡੀਗੜ੍ਹ ਚੱਲੀਏ। ਚੰਡੀਗੜ੍ਹ ਲੈ ਗਏ ਮੈਨੂੰ, ਉਹਨਾਂ ਨੇ ਕਾਫੀ ਸਟੱਡੀਜ਼ ਕਰਨੀ ਸੀ, ਟੀਚਿੰਗ ਕਰਨੀ ਸੀਗੀ, ਅਤੇ ਮੇਰਾ ਜੀ ਨਾ ਲੱਗਿਆ। ਇੱਕ ਰਾਤ ਰਹੇ ਔਖੇ ਸੌਖੇ, ਦੂਜੀ ਰਾਤ ਮੈਂ ਕਿਹਾ ਜੀ ਮੈਂ ਜਾਣਾ ਵਾਪਸ, ਉਹ ਕਹਿੰਦੇ ਮੈਂ ਤਾਂ ਜਾ ਨਹੀਂ ਸਕਦਾ ਸ਼ਨੀਚਰਵਾਰ ਤੱਕ। ਸੋ ਮੈਂ ਕਿਹਾ ਮੈਨੂੰ ਬੱਸ 'ਤੇ ਭੇਜ ਦਿਓ, ਅਵੇ ਤੋਂ ਨਹੀਂ 11। ਸੋ ਚੰਡੀਗੜ੍ਹ ਤੋਂ ਬੱਸ ਫੜੀ ਲੁਧਿਆਣੇ ਆਏ, ਲੁਧਿਆਣੇ ਤੋਂ ਬੱਸ ਫੜੀ ਅਹਿਮਦਗੜ੍ਹ ਪਹੁੰਚੇ ਇਕੱਲੇ ਇਕੱਲੇ 11 ਸਾਲ, ਅਤੇ ਅਹਿਮਦਗੜ੍ਹ ਤੋਂ ਮੈਨੂੰ ਬੱਸ ਮਿਲੀ ਨਾ। ਮੈਂ ਪੁੱਛਿਆ ਸਾਰਿਆਂ ਨੂੰ, ਮੈਂ ਕਿਹਾ ਰੋਡ ਕਿਹੜੀ ਆ, ਡਿਸਟੈਂਸ ਤਾਂ ਆਪਣਾ 6 ਕਿਲੋਮੀਟਰ ਆ, 8 ਕਿਲੋਮੀਟਰ। ਮੈਂ ਕਿਹਾ ਮੈਂ ਤੁਰਿਆ ਜਾਂਦਾ,
ਵੀ ਜਾਂ ਤਾਂ ਕੋਈ ਨਾ ਕੋਈ ਮੈਨੂੰ ਚੱਕ ਲਊਗਾ ਅਤੇ ਜਾਂ ਮੈਨੂੰ ਬੱਸ ਮਿਲ ਜੂਗੀ। ਸੋ 12 ਪਿੰਡ ਤੱਕ ਮੈਂ ਤੁਰਦਾ ਗਿਆ ਅਤੇ ਉੱਥੇ ਨੌਜਵਾਨ ਖੜ੍ਹੇ ਸੀਗੇ, ਕਹਿੰਦੇ ਬਲੈਤੀਆ ਤੁਰਿਆ ਜਾਂਦਾ, ਨਾਲੇ ਉਹਨਾਂ ਨੇ ਮੇਰੇ ਵੱਡੇ ਮਾਰੇ ਲੱਗੇ ਨਹੀਂ। ਸੋ ਅੱਛੀ ਤਰ੍ਹਾਂ ਸਾਨੂੰ ਵੈਲਕਮ ਕੀਤਾ ਉਹਦਾ। ਅਤੇ ਉਸ ਵੇਲੇ ਇੱਕ ਹੋਰ ਚੀਜ਼ ਵੀ ਸੀਗੀ, ਜਦੋਂ ਬਾਹਰੋਂ ਰਿਸ਼ਤੇਦਾਰ ਆਉਂਦੇ ਸੀ, ਸਪੈਸ਼ਲੀ ਉਹਨਾਂ ਦੇ ਬੱਚੇ, ਉਹਨਾਂ ਨੂੰ ਅੰਗਰੇਜ਼ੀ ਆਉਂਦੀ ਸੀ, ਇੱਥੋਂ ਦੇ ਰਿਸ਼ਤੇਦਾਰਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ, ਪੰਜਾਬੀ ਆਉਂਦੀ ਸੀ। ਕਦੇ ਇੱਦਾਂ ਦੀ ਕਨਵਰਸੇਸ਼ਨ 'ਚ ਪ੍ਰੋਬਲਮ ਹੋਈ? ਬਹੁਤ ਸਾਰੇ ਆਪਣੇ ਆਉਣ ਵਾਲੇ ਪਰਿਵਾਰ ਨੇ ਜਿਹੜੇ ਘਰੇ ਅੰਗਰੇਜ਼ੀ ਨਹੀਂ ਬੋਲਦੇ। ਸੋ ਜੇ ਤੁਸੀਂ ਬੱਚਿਆਂ ਨਾਲ ਅੰਗਰੇਜ਼ੀ ਨਹੀਂ, ਆਪਣੇ ਪੰਜਾਬੀ ਨਹੀਂ ਬੋਲੋਗੇ, ਉਹ ਪੰਜਾਬੀ ਸਿੱਖਣਗੇ ਕਿਵੇਂ? ਅੱਛਾ, ਤੁਹਾਡੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਪੰਜਾਬੀ ਲੈਂਗੁਏਜ ਨਾਲ? ਅਸੀਂ ਅੱਜ ਤੱਕ ਸਾਰੀ ਫੈਮਿਲੀ, ਪੇਰੈਂਟਸ, ਮੈਂ, ਮਾਈ ਬ੍ਰਦਰ, ਮਾਈ ਡੋਟਰ, ਮਾਈ ਸਨ 5 ਸਾਲ ਦਾ, ਸਾਰੇ ਪੰਜਾਬੀ ਬੋਲਦੇ। ਤੁਸੀਂ ਇੱਕ ਪੋਲੀਟੀਕਲ ਬੈਕਗ੍ਰਾਉਂਡ ਦਾ ਜਿਹੜਾ ਪਰਿਵਾਰ ਸੀ ਉਹ 'ਚ ਜਨਮ ਲਿਆ, ਤੁਹਾਡੀ ਪੜ੍ਹਾਈ? ਕੋਈ ਬੈਕਗ੍ਰਾਉਂਡ ਨਹੀਂ। ਫਾਦਰ UK ਗਏ ਸੀਗੇ, ਫਾਦਰ ਨੇ ਉੱਥੇ ਕਾਉਂਸਲ ਰਹੇ ਸੀ, ਲੇਕਿਨ ਕਿਸੇ ਖਾਸ ਪਾਰਟੀ ਨਾਲ ਉਹਨਾਂ ਦਾ ਸੰਬੰਧ ਰਿਹਾ? ਉਹ ਪਾਰਟੀ ਦੇ ਕਾਉਂਸਲ ਰਹੇ ਸੀ, ਉਹਨਾਂ ਦਾ 12 ਸਾਲ ਜਾਂ 16 ਸਾਲ। 92 ਮੈਂ ਵੀ UK ਚੈਂਪੀਅਨ ਬਣ ਲੱਗਿਆ ਸੀ, ਥੋੜ੍ਹੀਆਂ ਵੋਟਾਂ 'ਤੇ ਸਿਲੈਕਸ਼ਨ 'ਚੋਂ ਰਹਿ ਗਿਆ ਸੀਗਾ, ਲੇਕਿਨ ਪੰਜਾਬ ਦੇ ਵਿੱਚ ਸਾਡਾ ਕੋਈ ਬੈਕਗ੍ਰਾਉਂਡ ਨਹੀਂ ਸੀ। ਤੁਸੀਂ ਬਾਹਰ ਦੀ ਜਿਹੜੀ ਪੋਲਿਟਿਕਸ ਹੈ ਉਹਦਾ ਮਾਹੌਲ ਦੇਖਿਆ ਹੋਇਆ, ਉੱਥੋਂ ਦੇ ਲੋਕਾਂ ਦਾ ਕਰੈਕਟਰ ਵੀ ਦੇਖਿਆ, ਪੋਲਿਟੀਕਲ ਕਰੈਕਟਰ ਕੀ ਹੈ, ਕੀ ਫਰਕ ਲੱਗਦਾ ਤੁਹਾਨੂੰ? ਫਰਕ ਤਾਂ ਬਹੁਤ ਆ, ਜਿਹੜੀ ਵੈਸਟਮਿੰਸਟਰ ਸਟਾਈਲ ਤੋਂ ਡੈਮੋਕ੍ਰੇਸੀ ਉੱਥੇ ਆ, ਉੱਥੇ ਆਮ ਤੌਰ 'ਤੇ ਜਿਹੜੇ ਟਿਕਟ ਵੰਡੇ ਜਾਂਦੇ ਨੇ ਉਹ ਬਾਈ ਸਿਲੈਕਸ਼ਨ ਹੁੰਦੇ ਆ, ਮੈਂਬਰਸ ਵੋਟ ਪਾਉਂਦੇ ਨੇ। ਇੰਡੀਆ 'ਚ ਆਮ ਤੌਰ 'ਤੇ ਟਿਕਟ ਨੋਮੀਨੇਟ ਹੁੰਦੇ ਨੇ ਅਤੇ ਜਿਹੜੀ ਪਾਰਟੀ ਨੂੰ ਲੱਗਿਆ ਵੀ ਇਹ ਬੈਸਟ ਕੈਂਡੀਡੇਟ ਆ, ਉੱਥੇ ਦੇ ਜਿਹੜੇ MPs ਨੇ ਉਹਨਾਂ ਨੂੰ ਆਪਦਾ ਬੈਗ ਆਪ ਚੱਕਣਾ ਪੈਂਦਾ, ਇੱਥੇ ਤੁਹਾਨੂੰ ਸਪੋਰਟ ਮਿਲ ਜਾਂਦੀ ਆ। ਇਹ ਸਿਆਸਤ ਖੇਡ ਹੈ ਜਾਂ ਸ਼ੌਕ ਹੈ ਜਾਂ ਪ੍ਰੋਫੈਸ਼ਨ ਹੈ? ਮੇਰੇ ਲਈ ਸ਼ੌਕ ਸੀ। ਸ਼ੌਕ ਸੀ ਮੁੜ ਤੋਂ UK 'ਚ ਮੈਨੂੰ ਸ਼ੌਕ ਸੀ। ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਮੈਂ ਡਿਬੇਟਸ ਪਾਰਟੀਸਪੇਟ ਕਰਦਾ ਹੁੰਦਾ ਸੀਗਾ ਅਤੇ ਹੋ ਸਕਦਾ ਜੇ 1 ਮਹੀਨੇ UK 'ਚ MP ਬਣ ਜਾਂਦੇ, ਹੋ ਸਕਦਾ ਆਪਣੀ ਅੱਜ ਦੀ ਮੁਲਾਕਾਤ ਨਾ ਹੁੰਦੀ। ਅਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਤੁਹਾਡੀ ਉੱਥੇ ਇੱਕ ਬੇਸ ਬਣਿਆ, ਪੋਲੀਟੀਕਲ ਬੇਸ, ਤੁਹਾਨੂੰ ਉੱਥੋਂ ਦੀ ਜਾਣਕਾਰੀ, ਉਹਨੇ ਤੁਹਾਨੂੰ ਕਿੰਨਾ ਫਾਇਦਾ ਦਿੱਤਾ ਇੱਥੇ ਕਾਮਯਾਬ ਹੋਣ 'ਚ? ਦੇਖੋ, ਕਾਮਯਾਬੀ ਤਾਂ ਮੇਰੀ ਹੋਈ ਆ ਮੇਰੇ ਫਾਦਰ ਦੇ ਕੰਮ, ਐਵੇਂ ਮੈਂ ਕਹਿੰਦਾ ਵੀ ਮੈਂ ਬੇਸ ਬਣਾਇਆ ਬਿਲੂ, ਮੰਨਦੇ ਹੋ? ਉਹਨਾਂ ਨੇ ਅਣਥੱਕ ਹੋ ਕੇ 5 ਸਾਲ ਕੰਮ ਕੀਤਾ, ਸਾਰਿਆਂ ਨੂੰ ਪੁੱਛੋ। ਜਿਹੜੀ ਪੋਲੀਟਿਕਸ ਹੈ ਇਹ ਆਪਣੇ ਆਪ ਵਿੱਚ ਫੁੱਲ, ਤੁਸੀਂ ਫੁੱਲ ਟਾਈਮ ਜੋਬ ਮੰਨਦੇ ਹੋ ਉਹਨੂੰ, ਫੁੱਲ ਟਾਈਮ ਪ੍ਰੋਫੈਸ਼ਨ ਜਾਂ ਫੁੱਲ ਟਾਈਮ ਹੋਬੀ? ਪੋਲੀਟਿਕਸ ਫੁੱਲ ਟਾਈਮ ਜੋਬ, ਲੇਕਿਨ ਮੈਂ ਜਦੋਂ ਲੰਡਨ ਤੋਂ ਫੈਸਲਾ ਕੀਤਾ ਸੀ ਵਾਪਸ ਆਉਣ ਦਾ, ਮੈਂ ਇੱਕ ਅਸੂਲ ਇਹ ਰੱਖਿਆ ਸੀ ਅਤੇ ਮੈਂ ਆਪਣੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਰੱਖਣੀ ਹੈ ਵੀ ਕਾਰੋਬਾਰ ਤਾਂ ਮੈਂ ਕਰੂੰਗਾ। ਹੁਣ ਅਸਲੀਅਤ ਇਹ ਆ ਵੀ ਕਾਰੋਬਾਰ ਲਈ ਸਮਾਂ ਬਹੁਤ ਥੋੜ੍ਹਾ ਰਹਿ ਜਾਂਦਾ, ਜੇ ਇੱਕ ਹਫ਼ਤੇ 'ਚ ਮੈਂ 12 ਘੰਟੇ ਵੀ ਲਾ ਲਵਾਂ ਕਾਰੋਬਾਰ 'ਤੇ, ਉਹ ਹਫ਼ਤਾ ਬਹੁਤ ਵਧੀਆ ਹਫ਼ਤਾ। ਤੁਹਾਡਾ ਜਿੱਥੇ ਹੁਣ ਆਪਾਂ ਇਸ ਵੇਲੇ ਲਿਖਣੇ ਆ ਵੀ ਤੁਹਾਡਾ ਇੱਕ ਬੜਾ ਯੂਨੀਕ, ਬੜਾ ਵੱਡਾ ਪ੍ਰੋਜੈਕਟ ਇਹ ਵਾਅਦਾ ਕੀਤਾ ਸੀ ਚੋਣਾਂ ਵੇਲੇ। ਅੱਛਾ, ਮੈਨੂੰ ਅਕਸਰ ਤਾਂ ਵਾਅਦੇ ਜਿਹੜੇ ਨੇ ਨਾ, ਕਹਿੰਦੇ ਨੇ ਵਾਅਦੇ ਕੀਤੇ ਜਾਂਦੇ ਨੇ ਭੁਲਾਉਣ ਦੇ ਲਈ, ਤੇ ਪੋਲੀਟੀਕਲ ਵਾਅਦੇ ਤਾਂ ਵੈਸੇ ਭੁੱਲ ਜਾਂਦੇ ਨੇ ਲੋਕ। ਹੋਟਲ ਖੁੱਲ੍ਹਣ ਨੂੰ 10 ਸਾਲ ਹੋ ਗਏ ਜੀ। ਹੋਟਲ ਖੁੱਲ੍ਹਣ ਤੋਂ ਪਹਿਲਾਂ ਮੇਰੇ ਫਾਦਰ ਨੂੰ ਆਈਡੀਆ ਆਇਆ ਵੀ ਹੋਟਲ ਖੁੱਲ ਰਿਹਾ ਤੇ ਆਪਾਂ ਗਈਆਂ ਤੇ ਮੱਝਾਂ ਕਿਉਂ ਨਹੀਂ ਰੱਖਦੇ ਤਾਂ ਕਿ ਦੁੱਧ ਦੀ ਸਪਲਾਈ ਤਾਂ ਸਿੱਧੀ ਹੋ ਜਾਏ। ਇਹ ਸਿਰਫ ਹੋਟਲ ਨੂੰ ਸਪਲਾਈ ਜਾਂਦੀ ਕਿ ਹੋਰ ਥਾਵਾਂ ਤੇ ਵੀ ਸਪਲਾਈ ਹੁੰਦੀ ਹੈ? ਇੱਥੋਂ ਨਹੀਂ, ਇੱਥੋਂ ਨਹੀਂ। ਜਿਹੜੀ ਜਿਹੜਾ ਸਾਡਾ ਬਾਹਰਲਾ ਘਰ ਆ ਉੱਥੇ ਫਾਦਰ ਨੇ ਡੇਅਰੀ ਬਣਾਈ ਹੋਈ ਸੀਗੀ, ਉੱਥੇ ਤਕਰੀਬਨ 150 ਜਾਨਵਰ ਸੀਗੇ ਅਤੇ ਉੱਥੋਂ ਸਾਰੀ ਹੋਟਲ ਦੀ ਸਪਲਾਈ ਜਾਂਦੀ ਸੀਗੀ। ਇਹ ਜਿਹੜਾ ਪ੍ਰੋਜੈਕਟ ਆ ਇਹਦੇ ਬਾਬਤ ਮੈਂ ਸੋਚਦਾ ਸੀ, ਤਕਰੀਬਨ 10 ਸਾਲ ਹੋ ਗਏ ਸੀ, ਮੈਂ ਚਾਹੁੰਦਾ ਸੀਗਾ ਵੀ ਆਪਣੇ ਕਮਿਊਨਿਟੀ ਦੇ ਵਿੱਚ ਇੱਕ ਪ੍ਰੋਫੈਸ਼ਨਲ ਬੇਸਿਸ 'ਤੇ ਡੇਅਰੀ ਇੰਡਸਟਰੀ ਬਣਾਈ ਜਾਵੇ ਜਿਹਦੇ ਨਾਲ ਇੱਕ ਮਾਡਲ ਡੇਅਰੀ ਖੁੱਲ੍ਹੇ। ਹੁਣ ਆਪਾਂ ਇੱਥੇ ਖੜ੍ਹੇ ਹਾਂ,
ਆਹ ਦੋ ਸ਼ੈੱਡ ਨੇ, ਇਹਨਾਂ ਦੀ ਕਪੈਸਿਟੀ ਹੈ 400 ਜਾਨਵਰ, ਇੱਥੇ 16 ਸ਼ੈੱਡ ਬਣਨੇ ਆ। ਅੱਛਾ, ਸੋ ਇਹ ਹੈਗੀ ਆ 60 KB ਦੀ ਸਾਈਜ਼, ਸਾਰੀਆਂ ਬਿਲਡਿੰਗਾਂ ਬਣ ਰਹੀਆਂ, ਆਹ ਹੈਗੀ ਆਪਣੀ ਐਨੀਮਲ ਬਲੋਕ, ਉਹ ਹੈਗਾ ਪ੍ਰੋਸੈਸਿੰਗ ਯੂਨਿਟ, ਮਿਲਕਿੰਗ ਫਾਰਮ, ਸਾਰੀਆਂ ਸਹੂਲਤਾਂ ਬਣਾ ਰਹੇ ਹਾਂ। ਇਹੋ ਜਿਹੀ ਫੈਸਿਲਿਟੀ ਅੱਜ ਤੱਕ ਇੰਡੀਆ 'ਚ ਕਿਸੇ ਨੇ ਬਣਾਈ ਨਹੀਂ। 3200 ਜਾਨਵਰ ਦੀ ਇੱਥੇ ਕਪੈਸਿਟੀ ਹੋਊਗੀ, ਇੱਥੇ ਆਪਾਂ ਵਧੀਆ ਨਸਲ ਪੈਦਾ ਕਰਾਂਗੇ। ਇਸ ਫਾਰਮ 'ਚ ਤਾਂ ਜਿਹੜੇ ਸਾਰੇ ਜਾਨਵਰ ਹੋਣਗੇ ਉਹ ਸਾਡੇ ਹੋਣਗੇ, ਪਰਿਵਾਰ ਦੇ ਹੋਣਗੇ, ਕੰਪਨੀ ਦੇ ਹੋਣਗੇ। ਲੇਕਿਨ ਹੋਰ 40 ਪਿੰਡਾਂ 'ਚ ਅਸੀਂ ਇੰਫਰਾਸਟ੍ਰਕਚਰ ਬਣਾ ਰਹੇ ਹਾਂ। ਇੱਕ ਪਿੰਡ 'ਤੇ ਤਕਰੀਬਨ ਖਰਚਾ ਆ ਜਾਂਦਾ 2 ਕਰੋੜ ਰੁਪਇਆ, ਹਾਊਸਿੰਗ, ਮਿਲਕਿੰਗ ਪਾਰਲਰ, ਵੈਟਰਨਰੀ ਫੈਸਿਲਿਟੀਜ਼, ਫੋਡਰ। ਅਤੇ ਉੱਥੇ ਜਿਹੜੀ ਕਮਿਊਨਿਟੀ ਆ, ਖਾਸ ਕਰਕੇ ਬੀਬੀਆਂ, ਗਰੀਬ ਘਰਾਂ ਦੀਆਂ ਭੈਣਾਂ ਅਤੇ ਗਰੀਬ ਘਰਾਂ ਦੀਆਂ ਬੀਬੀਆਂ, ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਦੀ ਸਹੂਲਤਾਂ ਅਸੀਂ ਲੈ ਕੇ ਆ ਰਹੇ ਹਾਂ, ਜਾਨਵਰ ਤੁਹਾਡੇ ਹੋਣਗੇ, ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਬੈਸਟ ਪ੍ਰੈਕਟਿਸ। ਅਤੇ ਸਾਨੂੰ ਉਮੀਦ ਆ ਵੀ 6 ਮਹੀਨੇ ਦੇ ਅੰਦਰ ਹਰੇਕ ਵੂਮੈਨ ਆਂਟਰਪ੍ਰਨਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਉਹਨਾਂ ਕੋਲ 5 ਜਾਨਵਰ ਹੋਣਗੇ, ਗੁਜ਼ਾਰੇ ਲਾਇਕ ਸਾਧਨ ਬੜੀ ਮੁਸ਼ਕਿਲ ਹੁੰਦੇ ਨੇ, ਉਹ ਕਿਤੇ ਲੈਣਗੇ? ਬੈਂਕ ਤੋਂ ਲੋਨ ਤਾਂ ਮਿਲ ਜਾਂਦਾ, ਲੇਕਿਨ ਕਿਉਂਕਿ ਗਰੀਬ ਨੇ ਤੇ ਇਹ ਭੈਣਾਂ ਦੇ ਬੀਬੀਆਂ ਕੋਲ ਮਾਰਜਿਨ ਮਨੀ ਨਹੀਂ ਹੁੰਦੀ, ਸੋ ਮਾਰਜਿਨ ਮਨੀ ਦੀ ਵੀ ਅਸੀਂ ਸਪੋਰਟ ਕਰਦੇ ਹਾਂ ਤੇ ਬੈਂਕ ਦੇ ਲੋਨ ਮਿਲ ਜਾਂਦੇ ਨੇ। ਤੇ ਲੇਕਿਨ ਗੱਲ ਇਹ ਵੀ ਜੇ ਉਹ ਜਾਨਵਰ ਨੂੰ ਬੈਸਟ ਪ੍ਰੈਕਟਿਸ ਨਾਲ ਹੀ ਮੈਨੇਜ ਕਰਨਗੀਆਂ, ਫਿਰ ਹੀਲ ਕਰਦੇ, ਸੋ ਟ੍ਰੇਨਿੰਗ ਦੀ ਵੀ ਲੋੜ ਆ, ਸਮਝ ਦੀ ਵੀ ਲੋੜ ਆ। ਅਸੀਂ ਉਹਨਾਂ ਨੂੰ ਸੈਲਫ ਹੈਲਪ ਗਰੁੱਪ 'ਚ ਅਰੇਂਜ ਕਰ ਰਹੇ ਹਾਂ ਵੀ 5 ਲੇਡੀਜ਼ ਇਕੱਠੀਆਂ ਉਹ ਇਕੱਠੀਆਂ ਕੰਮ ਕਰਨਗੀਆਂ ਅਤੇ ਜੁਆਇੰਟਲੀ ਸੰਭਾਲਣਗੀਆਂ, ਲੇਕਿਨ ਹਰੇਕ ਵੂਮੈਨ ਆਂਟਰਪ੍ਰਨਰ ਦਾ ਹਰਡ ਅਲੱਗ ਹੋਊਗਾ। ਸੋ ਇਹ ਨਹੀਂ ਹੋਊਗਾ ਵੀ ਤੂੰ ਇਹ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ। ਜਿਹੜੇ ਉਹਨਾਂ ਦੇ 5 ਜਾਨਵਰ ਨੇ ਉਹਨਾਂ ਦਾ ਜਿਹੜਾ ਮਿਲਕ ਆ ਉਹਨਾਂ ਦਾ ਉਹ ਮਿਲਕ ਦਾ ਬੈਨੀਫਿਟ ਉਹਨਾਂ ਨੂੰ ਮਿਲੂਗਾ, ਕਲੈਕਟ ਇਹ ਕੋਆਪਰੇਟਿਵ ਨਹੀਂਗਾ। ਇਹ ਸਾਰਾ ਕੁਝ ਜੋ ਕੁਝ ਚੱਲ ਰਿਹਾ ਤੁਹਾਡੀ ਸੁਪਰਵਿਜ਼ਨ 'ਚ ਹੈ, ਤੁਹਾਡਾ ਵਿਜ਼ਨ ਹੈ ਤੇ ਤੁਹਾਡੀ ਸੁਪਰਵਿਜ਼ਨ ਹੈ, ਤੁਹਾਡਾ ਆਪਣੀ ਵਿਜ਼ਿਟ ਕਿੰਨੀ ਕੁ ਹੁੰਦੀ ਹੈ ਇਦਾਂ ਦੀ ਪਲੇਸਿਸ ਜਿਵੇਂ ਆਪਾਂ ਅੱਜ ਇੱਥੇ ਆ ਗਏ ਹਾਂ? ਮੈਂ ਪਿੰਡ ਆਉਣਾ ਤਕਰੀਬਨ ਹਫ਼ਤੇ 'ਚ 1 ਵਾਰੀ ਜਾਂ 2 ਵਾਰ, ਇਹ ਤੋਂ ਜ਼ਿਆਦਾ ਆਉਣ ਦੀ ਲੋੜ ਨਹੀਂ। ਜੇ ਮੈਂ ਜ਼ਿਆਦਾ ਟਾਈਮ ਇੱਥੇ ਰਹਾਂ ਤਾਂ ਸਾਰਾ ਕੰਮ ਖੜ ਜਾਂਦਾ। ਤੁਹਾਨੂੰ ਇੱਦਾਂ ਨਹੀਂ ਲੱਗਦਾ ਕਿ ਜਾਨਵਰਾਂ 'ਚ ਰਹਿ ਕੇ ਇੱਕ ਅਲੱਗ ਤਰ੍ਹਾਂ ਦੀ ਦਾ ਸੂਦਿੰਗ ਜਿਹਾ ਅਹਿਸਾਸ, ਇੱਕ ਪਲੇਅਰ ਮਿਲਦੀ ਹੈ? ਇਹ ਨੇਚਰ ਆ, ਇਹ ਕੋਈ ਜ਼ਮਾਨਾ ਸੀਗਾ ਜਦੋਂ ਪਿੰਡਾਂ ਦੇ ਵਿੱਚ ਘਰੋਂ ਘਰ ਜਿੱਥੇ ਚਲੇ ਜਾਓ ਸਮਾਲ ਹਰਡ ਹੁੰਦੀ ਸੀਗੀ। ਹੁਣ ਕਈ ਪਿੰਡਾਂ 'ਚ ਘਰ ਬਣ ਰਹੇ ਨੇ, ਲੋਕ ਬਾਹਰ ਗਏ ਹੋਏ ਨੇ, ਅਤੇ ਜਿੰਨਾ ਚਿਰ ਆਪਾਂ ਡੇਅਰੀ ਇੰਡਸਟਰੀ ਦਾ ਪੈਟਰਨ ਇੱਥੇ ਵੀ ਲੈ ਕੇ ਜਾਂਦੇ ਵੀ ਲਾਰਜ ਸਕੇਲ ਡੇਅਰੀ ਹੋਵੇ, ਉਹਨਾਂ ਚਿਰ ਆਪਾਂ ਨੂੰ ਪ੍ਰੋਡਕਟਿਵਿਟੀ ਯੀਲਡਸ ਨਹੀਂ ਮਿਲਦੀ। ਇੱਕ ਪਾਸੇ ਤੁਸੀਂ ਪੋਲੀਟਿਕਸ 'ਚ ਹੋ, ਦੂਸਰੇ ਪਾਸੇ ਤੁਹਾਡਾ ਇਹ ਪ੍ਰੋਜੈਕਟ ਹੈ ਜਾਨਵਰਾਂ ਨਾਲ ਸਿੱਧਾ ਸੰਬੰਧਿਤ ਹੈ, ਜਿਸ ਤਰ੍ਹਾਂ ਇੱਕ ਪਾਸੇ ਤੁਸੀਂ ਸੌਫਟਵੇਅਰ ਕੰਪਨੀ ਵੀ ਚਲਾ ਰਹੇ ਹੋ, ਇੱਕ ਹੋਰ ਪਾਸਾ ਵੀ ਹੈ ਜਿਹੜਾ ਬੜਾ ਇੰਪੋਰਟੈਂਟ ਹੈ, ਹੋਟੇਲੀਅਰ ਵੀ ਹੋ ਤੁਸੀਂ। ਕਿਸੇ ਲੋਕਾਂ ਕਿਸੇ ਬੰਦੇ ਦਾ ਇੱਕ ਦਿਸ਼ਾ ਜਾਣਾ ਹੀ ਬੜਾ ਮੁਸ਼ਕਿਲ ਹੈ, ਤੁਸੀਂ 4 ਦਿਸ਼ਾਵਾਂ 'ਚ ਇਕੱਠੇ ਮੂਵ ਕਰ ਰਹੇ ਹੋ। ਮੇਰਾ ਰੁਟੀਨ ਦੇਖੋ ਬਣਿਆ ਹੋਇਆ, ਬਾਹਰ ਐਤਵਾਰ ਹਲਕੇ 'ਚ, ਅਤੇ ਕੋਈ ਖਾਣੇ ਦੀ ਇਨਵੀਟੇਸ਼ਨ ਮੈਨੂੰ ਦੇਵੇ ਆਪਾਂ ਐਕਸੈਪਟ ਨਹੀਂ ਕਰਦੇ, ਕਿਉਂਕਿ ਜੇ ਆਪਾਂ ਖਾਣੇ 'ਤੇ ਜਾਣ ਲੱਗ ਜਾਈਏ ਤਾਂ ਸਵੇਰੇ ਬੰਦਾ 5 ਵਜੇ ਨਹੀਂ ਉੱਠ ਸਕਦਾ, ਅਤੇ ਜੇ 5 ਵਜੇ ਨਹੀਂ ਉੱਠੋ ਫਿਰ ਅਖਬਾਰ ਨਹੀਂ ਪੜ੍ਹ ਸਕਦੇ, ਅਤੇ ਸਿਆਸਤ ਵਿੱਚ ਜੇ ਤੁਸੀਂ ਅਖਬਾਰ ਨਹੀਂ ਪੜ੍ਹੇ ਫਿਰ ਤੁਸੀਂ ਅਨਪੜ੍ਹ। ਤੁਸੀਂ ਕਿਹੋ ਜਿਹਾ ਖਾਣਾ ਪਸੰਦ ਕਰਦੇ ਹੋ? ਖਾਣਾ ਤਾਂ ਦੇਸੀ ਖਾਣਾ ਵਧੀਆ। ਨਹੀਂ, ਦੇਸੀ ਖਾਣੇ ਬੜਾ ਕੁਛ ਆ ਜਾਂਦਾ ਨਾ, ਪਿੰਨੀਆਂ ਵੀ ਆਉਂਦੀਆਂ ਨੇ, ਦੇਸੀ ਕੁਦੇ ਪਰੌਂਠੇ ਵੀ ਆਉਂਦੇ ਨੇ, ਸਾਗ ਮੱਕੀ ਰੋਟੀ ਵੀ ਆਉਂਦੀ ਹੈ, ਲੱਸੀ ਵੀ ਆਉਂਦੀ ਹੈ। ਮੇਰੇ ਪੇਟ ਤੋਂ ਪਤਾ ਹੀ ਲੱਗ ਗਿਆ ਹੁਣ ਵੀ ਖਾਣਾ ਵੀ। ਗੱਲ ਹੈ ਹੋਟਲ 'ਚ ਰਹਿ ਕੇ ਬੰਦਾ ਕਿਵੇਂ ਨਾ ਖਾਵੇ, ਪਰਿਵਾਰ ਮੇਰਾ ਹਜੇ ਲੰਡਨ ਬੈਠਾ, ਉਹਨਾਂ ਨੇ ਹਜੇ ਕੁਛ ਮਹੀਨਿਆਂ ਨੂੰ ਇੱਥੇ ਪਹੁੰਚਣਾ, ਬੇਟੀ ਮੇਰੀ ਯੂਨੀਵਰਸਿਟੀ ਜਾ ਰਹੀ ਆ, ਬੇਟਾ ਮੇਰੇ 5 ਸਾਲ ਦਾ, ਜਦੋਂ ਉਹ ਆ ਗਏ ਉਹਨੂੰ ਤਾਂ ਫਿਰ ਅਸੀਂ ਚੰਡੀਗੜ੍ਹ ਕਰ ਜਾਵਾਂਗੇ, ਲੇਕਿਨ ਜਦ ਤੱਕ ਤਾਂ ਹੋਟਲ ਦੇ ਵਿੱਚ ਮੇਰੀ ਰਿਹਾਇਸ਼ ਆ, ਉੱਥੇ ਇੰਜੋਏ ਕਰੋ। ਲੇਕਿਨ ਇਹ ਜ਼ਰੂਰ ਗੱਲ ਠੀਕ ਆ, ਖਾਧਾ ਪੀਤਾ ਜ਼ਿਆਦਾ ਆਉਂਦਾ। ਕੋਸ਼ਿਸ਼ ਕਰੀਦੀ ਆ ਵੀ ਜਿੰਨੇ ਵੀ ਆਪਣੇ NRI ਭਰਾ ਪਰਿਵਾਰ ਦਾ ਅੱਗੇ ਆ ਕੇ ਮਿਲਦੇ ਨੇ
ਕੋਸ਼ਿਸ਼ ਕਰੀ ਦੀ ਆ ਵੀ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਇਨਵਾਈਟ ਕਰੀਏ ਅਤੇ ਸ਼ਾਮ ਨੂੰ ਬੈਠੀਏ ਅਤੇ ਉਹਨਾਂ ਦੇ ਖਿਆਲ ਵੀ ਲਈਏ। ਬਹੁਤ ਸਾਰੇ ਐਨਆਰਆਈਜ਼ ਆ ਜਿਹੜੇ ਇੱਥੇ ਆਉਂਦੇ ਨੇ, ਦੁੱਖ ਤਕਲੀਫਾਂ, ਜ਼ਮੀਨਾਂ ਦੇ ਕਬਜ਼ੇ ਹੋਏ ਹੁੰਦੇ ਨੇ, ਮੈਟ੍ਰੀਮੋਨੀਅਲ ਡਿਸਪਿਊਟਸ ਹੋਏ ਹੁੰਦੇ ਨੇ, ਪਾਸਪੋਰਟਾਂ ਦੇ ਪ੍ਰੋਬਲਮਸ, ਕਿਉਂਕਿ ਮੈਂ ਪੰਜਾਬ ਦਾ ਇਕੱਲਾ ਐਨਆਰਆਈ ਹਾਂ, ਮੈਂ ਇਕੱਲਾ ਹੀ ਦੇਸ਼ ਦਾ ਐਮ ਐਲ ਏ ਆ ਜਿਹਨੇ ਪਾਸਪੋਰਟ ਸਰੈਂਡਰ ਕਰਕੇ, ਫੋਰਨ ਸਿਟੀਜ਼ਨਸ਼ਿਪ ਸਰੈਂਡਰ ਕਰਕੇ ਲੈਜਿਸਲੇਟਰ ਬਣਿਆ। ਮੈਡਮ ਸੋਨੀਆ ਗਾਂਧੀ ਜੀ ਪਹਿਲੇ ਇਨਸਾਨ ਨੇ ਜਿਹਨਾਂ ਨੇ ਬਾਹਰਲੀ ਮੁਲਕ ਦੀ ਸਿਟੀਜ਼ਨਸ਼ਿਪ ਛੱਡ ਕੇ ਦੇਸ਼ ਦੀ ਸਿਟੀਜ਼ਨਸ਼ਿਪ ਲਈ ਆ। ਉਹਨਾਂ ਤੋਂ ਬਾਅਦ ਮੇਰਾ ਦੂਜਾ ਨਾਮ। ਜਦੋਂ ਤੁਹਾਡੀ ਫੈਮਿਲੀ, ਤੁਹਾਡਾ ਪਰਿਵਾਰ ਆ ਜਾਂਦਾ ਤੇ ਫਿਰ ਤੁਸੀਂ ਚੰਡੀਗੜ੍ਹ ਰਹਿੰਦੇ ਹੋ, ਤੇ ਉਸ ਵੇਲੇ ਕਿਹੜੀਆਂ ਖਾਣੇ ਨੇ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ? ਮੈਂ ਕਿਹਾ ਉਸ ਵੇਲੇ ਤੁਸੀਂ ਟਾਈਮ ਸਪੈਸ਼ਲੀ ਸਪੇਅਰ ਕਰਦੇ ਹੋਗੇ ਆਪਣੀ ਫੈਮਿਲੀ ਲਈ, ਕਿਉਂਕਿ ਥੋੜੇ ਟਾਈਮ ਲਈ ਆਉਂਦੀ ਹੈ ਇੱਥੇ? ਮੈਨੂੰ ਵੱਡੀ ਜ਼ਿੰਮੇਵਾਰੀ ਮਿਲ ਜਾਂਦੀ ਹੈ ਵੀ ਜਦੋਂ ਮੈਂ ਖਾਣਾ ਖਾਣਾ, ਆਪ ਵੀ ਖਾਣਾ ਤੇ ਬੇਟੇ ਨੂੰ ਵੀ ਖਵਾਉਣਾ। ਬੇਟੇ ਨੂੰ ਖਵਾਉਣਾ, ਉਹਦੇ ਚ ਜ਼ਿਆਦਾ ਟਾਈਮ ਲੱਗ ਜਾਂਦਾ ਉਹਨੂੰ ਖਵਾਉਣ ਤੇ। ਵੈਸੇ ਉਹਦੀ ਸਿਹਤ ਬਹੁਤ ਵਧੀਆ, ਉਹ ਆਪੇ ਵੀ ਖਾ ਲੈਂਦਾ, ਸੋ ਕਿਉਂਕਿ ਧਿਆਨ ਜ਼ਿਆਦਾ ਉਧਰ ਹੁੰਦਾ ਤੇ ਉਹ ਸ਼ਾਇਦ ਥੋੜਾ ਜਿਹਾ ਘੱਟ ਖਾਧਾ ਜਾਵੇ। ਮਰਜ਼ੀ ਸੀ ਵੀ ਕੋਸ਼ਿਸ਼ ਕਰਦੇ ਆ, ਜੇ ਖਾਂਦੇ ਵੀ ਜ਼ਿਆਦਾ ਆ ਤੇ ਦੂਜੇ ਪਾਸੇ ਐਕਸਰਸਾਈਜ਼ ਵੀ ਕਰੀਏ। ਐਕਸਰਸਾਈਜ਼ ਲਗਾਉਂਦੇ ਹੋ ਤੁਸੀਂ? ਰੋਜ਼ ਨਹੀਂ ਟਾਈਮ ਮਿਲਦਾ, ਲੇਕਿਨ 50%। ਤੁਹਾਨੂੰ ਕੀ ਲੱਗਦਾ ਕਿ ਪੰਜਾਬੀਆਂ ਦੇ ਅਗਰ ਪੰਜ ਵਿਸ਼ੇਸ਼ ਗੁਣਾਂ ਦੀ ਗੱਲ ਕੀਤੀ ਜਾਏ, ਕਰੈਕਟਰਿਸਟਿਕਸ ਦੀ ਗੱਲ ਕੀਤੀ ਜਾਏ, ਤਾਂ ਕਿਹੜੀਆਂ ਨੇ ਜਿਹੜੀਆਂ ਉਹਨਾਂ ਨੂੰ ਬਾਕੀਆਂ ਨਾਲ ਬਿਲਕੁਲ ਵੱਖਰਾ ਕਰਦੀਆਂ ਨੇ? ਫਾਦਰ ਜਿੱਥੇ ਲੈ ਕੇ, ਅਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਸਾਨੂੰ ਤੁਸੀਂ ਚੋਇਸ ਦਿਓ, ਜਿੱਥੇ ਲੈ ਕੇ ਉੱਥੇ ਅਸੀਂ ਹਾਂ ਵੀ ਭਰ ਗਏ। ਮਟਨ ਮਿਲਦਾ ਨਹੀਂ ਗਾ, ਸਪੈਸ਼ਲੀ ਵਿੱਚ ਕੈਨ ਬੀ ਸਰਟੀਫਾਈਡ ਟੂ ਬੀ ਹੈਲਦੀ ਐਂਡ ਟੈਂਡਰ। ਜਿਹੜੇ ਤੁਸੀਂ ਪ੍ਰੋਜੈਕਟਸ ਦੀ ਆਪਾਂ ਗੱਲ ਕਰ ਰਹੇ ਹਾਂ, ਇਹਨਾਂ ਦੇ ਵਿੱਚ ਬਹੁਤ ਕੁਝ ਨਵਾਂ ਹੋ ਰਿਹਾ, ਤੇ ਮੈਂ ਕਹਿੰਦਾ ਦੂਸਰੇ ਤਰੀਕੇ ਨਾਲ ਦੇਖਿਆ ਜਾਏ ਤੇ ਇਹਨਾਂ ਦੇ ਜ਼ਰੀਏ ਲੋਕਾਂ ਲਈ ਰੋਜ਼ਗਾਰ ਵੀ ਪੈਦਾ ਹੋ ਰਿਹਾ। ਹਾਂਜੀ, ਕਿੰਨੇ ਕੁ ਲੋਕ ਜਿਹੜੇ ਇਨਵੋਲਵ ਹੋ ਰਹੇ ਇਹਦੇ ਵਿੱਚ? ਆਹ ਜਿਹੜਾ ਯੂਨਿਟ ਆ ਇੱਥੇ ਤਕਰੀਬਨ ਆਪਾਂ 200 ਨੌਕਰੀਆਂ ਟੋਟਲ ਹੋਣਗੀਆਂ ਪਰਮਾਨੈਂਟ। ਪਰਮਾਨੈਂਟ ਜਿਹੜਾ ਮੇਨ ਆਪਣਾ ਯੂਨਿਟ ਆ, ਕਿ ਬਰੀਡਿੰਗ ਸਟੇਸ਼ਨ ਆ ਜੀ, ਇੱਥੇ ਦੁੱਧ ਦੀ ਆਬਜੈਕਟਿਵ ਘੱਟ ਆ, ਇੱਥੇ ਬਰੀਡਿੰਗ ਵੀ ਨਸਲ ਵਧੀਆ ਪੈਦਾ ਕਰਾਂਗੇ, ਉਹ ਆਪਾਂ ਆਉਣ ਵਾਲੇ 4-5 ਸਾਲ 'ਚ ਵਧੀਆ ਨਸਲ, ਪੰਜਾਬ ਦੀ ਸਭ ਤੋਂ ਵਧੀਆ ਨਸਲ, ਹੋ ਸਕਦਾ ਦੇਸ਼ ਦੀ ਸਭ ਤੋਂ ਵਧੀਆ ਨਸਲ ਇੱਥੇ ਪੈਦਾ ਕਰਾਂਗੇ। ਅਤੇ ਫਿਰ ਜਿਹੜੇ ਆਪਣੇ ਪਿੰਡੋ ਪਿੰਡ ਯੂਨਿਟਸ 40 ਪਿੰਡਾਂ 'ਚ ਬਣ ਰਹੇ ਨੇ, ਉੱਥੇ ਔਨ ਐਵਰੇਜ ਤਕਰੀਬਨ 20-25 ਪਰ ਯੂਨਿਟ। ਆਈ ਥਿੰਕ ਓਵਰਆਲ ਨੌਕਰੀਆਂ ਜਿਹੜੀਆਂ ਆਪਾਂ ਲੈ ਕੇ ਆਵਾਂਗੇ, ਇਹ ਜਿਹੜੀ ਪਹਿਲੀ ਫੇਜ਼ ਆ
ਘੱਟ ਤੋਂ ਘੱਟ 1000 ਨੌਕਰੀਆਂ 1000-1200 ਨੌਕਰੀਆਂ ਜਿਹੜੀ ਪੇਂਡੂ ਹਲਕੇ 'ਚ ਕਾਫੀ ਉਹਨਾਂ ਦਾ ਚੰਗਾ ਇੰਪੈਕਟ ਹੋਊਗਾ। ਨਾਲ ਦੇ ਨਾਲ 3500 ਘਰਾਂ ਦੀਆਂ ਬੀਬੀਆਂ ਅਤੇ ਭੈਣਾਂ ਨੂੰ ਆਮਦਨ ਦਾ ਸਾਧਨ ਮਿਲੂਗਾ ਅਤੇ 1000 ਜ਼ਿਮੀਂਦਾਰਾਂ ਦੇ ਨਾਲ ਕੰਟਰੈਕਟ ਫਾਰਮ। ਸੋ ਆਪਣੀ ਜਿਹੜੀ ਪਾਰਟਨਰਸ਼ਿਪ ਆ ਉਹ ਤਕਰੀਬਨ 5500-6000 ਪਰਿਵਾਰਾਂ ਦੇ ਨਾਲ ਹੋ ਜਾਣੀ ਹੈ, ਜਿਹੜੀ ਸਾਡੇ ਹਿਸਾਬ ਨਾਲ ਲੰਬੀ ਪਾਰਟਨਰਸ਼ਿਪ ਹੋਊਗੀ। ਕਿਉਂਕਿ ਮੇਰੀ ਸੋਚ ਇਹ ਆ ਵੀ ਜੇ ਤੁਸੀਂ ਪੋਲੀਟਿਕਸ 'ਚ ਆਏ ਹੋ ਫਿਰ ਤੁਹਾਨੂੰ ਤੁਹਾਡੇ ਹਲਕੇ ਦੇ ਗਰੀਬ ਲੋਕਾਂ ਬਾਰੇ ਸੋਚਣਾ ਚਾਹੀਦਾ। ਅਤੇ ਆਪਾਂ ਜਿੰਨੇ ਵੀ ਪ੍ਰੋਜੈਕਟ ਕੀਤੇ ਆ, ਪਵਾਂ ਇੰਗਲਿਸ਼ ਕਲਾਸਿਸ ਲਾਈਆਂ, ਪਵਾਂ ਲੋਕਾਂ ਨੂੰ ਕਬੂਤਰਬਾਜ਼ੀ ਤੋਂ ਰੋਕਿਆ ਅਤੇ ਸਹੀ ਤਰੀਕੇ ਨਾਲ ਫੋਰਮ ਪਵਾਏ, ਭਰਾਏ ਅਤੇ ਵੀਜ਼ੇ ਲਵਾਏ ਅਤੇ ਪਵਾਂ ਸ਼ੈਫ ਟ੍ਰੇਨਿੰਗ ਕਰਾਇਆ। ਸਭ ਤੋਂ ਜ਼ਿਆਦਾ ਵੱਡਾ ਆਪਣਾ ਨਿਸ਼ਾਨਾ ਇਹ ਹੁੰਦਾ ਵੀ ਗਰੀਬ ਜਨਤਾ, ਸਭ ਤੋਂ ਜਿਹੜੇ ਪੋਰ ਆ ਉਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਾਥ ਦਿੱਤਾ ਜਾਵੇ। ਤੁਹਾਡਾ ਇੱਕ ਚੈਰੀਟੇਬਲ ਇੰਸਟੀਟਿਊਟ ਵੀ ਚੱਲਿਆ, ਚੈਰੀਟੇਬਲ ਜਿਹੜੀ ਸੰਸਥਾ ਉਹ ਚਲਾ ਰਹੇ ਹੋ, ਅਸੀਂ ਉਹਦੇ ਬਾਰੇ ਵੀ ਜਾਣਨਾ ਚਾਹੁੰਦੇ ਹਾਂ। ਮੇਰੇ ਗ੍ਰੈਂਡਫਾਦਰ ਨੇ ਉਹਦੇ ਸਿੱਖ ਚੈਰਿਟੀ ਖੋਲ੍ਹੀ ਹੋਈ ਹੈ, ਬਾਬੂ ਜਗਿੰਦਰ ਸਿੰਘ ਬੈਨੇਵੋਲੈਂਟ ਟਰੱਸਟ। ਸੋ ਹਲਕੇ ਦੇ ਵਿੱਚ ਜਿਹੜਾ ਆਪਣੇ ਚੈਰੀਟੇਬਲ ਐਕਟੀਵਿਟੀਜ਼ ਆ ਉਹਦੇ ਰਾਹੀਂ ਆਪਾਂ ਫੰਡ ਕਰਦੇ ਹਾਂ। ਕਿੱਦਾਂ ਦੀ ਐਕਟੀਵਿਟੀਜ਼ ਚੱਲੀਆਂ ਨੇ ਤੁਹਾਡੀ ਇਸ ਚੈਰੀਟੇਬਲ ਜਿਹੜੀ ਸੰਸਥਾ ਹੈ ਉਹਦੇ ਅੰਦਰ? ਦੇਖੋ, ਜਦ ਤਾਂ ਮੈਂ MLA ਬਣਿਆ, ਪਹਿਲਾਂ ਤਾਂ ਆਪਣੀ ਐਕਟੀਵਿਟੀ ਸੀਗੀ ਸ਼ੈਫ ਟ੍ਰੇਨਿੰਗ ਸਕੀਮ, ਕਿਉਂਕਿ ਜਿਹੜੀ ਆਪਾਂ 3 ਮਹੀਨੇ ਬਾਅਦ 30 ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦੇ ਹਾਂ, ਸਾਲ ਦਾ ਕੋਰਸ ਆ, ਉਹਦੇ 'ਚ 3 ਮਹੀਨੇ ਦਿੱਲੀ ਲਾ ਕੇ ਆਉਂਦੇ ਨੇ FHRAI ਦੇ ਟ੍ਰੇਨਿੰਗ ਸੈਂਟਰ 'ਤੇ। ਉਹਨਾਂ ਦੀ ਫੀਸ ਹੈਗੀ 30,000 ਰੁਪਇਆ। ਹੁਣ ਜਿਹੜੇ ਤਾਂ ਆਪਣੇ ਜਨਰਲ ਕੈਟਗਰੀ ਦੇ ਸਟੂਡੈਂਟਸ ਨੇ ਉਹ ਤਾਂ ਵਧੀਆ ਘਰਾਂ 'ਚ ਨੇ, ਉਹ ਅਫੋਰਡ ਕਰ ਸਕਦੇ ਨੇ, ਲੇਕਿਨ ਜਿਹੜੀ ਆਪਾਂ 10 ਸੀਟਾਂ ਰੱਖੀਆਂ ਹੋਈਆਂ SCs ਲਈ, ਉਹਦੇ 'ਚ ਉਹ ਨੌ ਯੰਗਸਟਰਸ ਅਫੋਰਡ ਨਹੀਂ ਕਰ ਸਕਦੇ, ਉਹਨਾਂ ਦੇ ਪੇਰੈਂਟਸ ਅਫੋਰਡ ਨਹੀਂ ਕਰ ਸਕਦੇ, ਉੱਥੇ ਆਪਾਂ ਉਹਨਾਂ ਦੀ ਮਦਦ ਕਰਦੇ ਹਾਂ। ਕਿਉਂ, ਲੜਕੀਆਂ ਸਾਡੇ ਕੋਲ ਆਈਆਂ, ਕਹਿੰਦੇ ਜੀ ਮੁੰਡਾ ਸਾਹਿਬ ਤੁਸੀਂ ਲੜਕਿਆਂ ਲਈ ਤਾਂ ਸਭ ਕੁਛ ਕਰ ਰਹੇ ਹੋ, ਸਾਡਾ ਕੀ ਬਣੂ? ਸੋ ਹੁਣ ਤੁਸੀਂ ਹੋਟਲ 'ਤੇ ਦੇਖੋਗੇ ਕਾਫੀ ਆਪਣੇ ਕੋਲ ਯੰਗ ਟ੍ਰੇਨਿੰਗਸ ਹੈਗੀਆਂ ਲੇਡੀਜ਼ ਨੇ, ਕਿਉਂਕਿ ਗਰਲਸ ਨੂੰ ਅਸੀਂ ਕਿਹਾ ਵੀ ਮੁੰਡਿਆਂ ਨਾਲ ਮਿਕਸ ਨਾ ਕਰੀਏ, ਹੋਰ ਬੜੇ ਇਸ਼ੂਜ਼ ਆ ਜਾਂਦੇ ਆ। ਸੋ ਮੁੰਡਿਆਂ ਦੇ ਬੈਚ ਅਲੱਗ ਰੱਖੇ, ਲੜਕੀਆਂ ਦੇ ਬੈਚ ਅਲੱਗ ਰੱਖੇ। ਦੂਜੇ ਅਸੀਂ ਇਨਕਰੇਜ ਕੀਤਾ ਕਿ ਦੇਖੋ ਤੁਸੀਂ ਤੁਹਾਡੇ ਪੇਰੈਂਟਸ ਜ਼ਮੀਨ ਵੇਚ ਕੇ ਉਹਨਾਂ ਕੋਲ ਵੀ ਰੱਖ ਕੇ ਤੁਹਾਨੂੰ ਬਾਹਰ ਭੇਜਦੇ ਹੋ, ਕਈ ਵਾਰੀ ਤੁਸੀਂ ਪਹੁੰਚਦੇ ਹੋ, ਕਈ ਵਾਰੀ ਤੁਸੀਂ ਰਸਤੇ 'ਚ ਹੀ ਰਹਿ ਜਾਂਦੇ ਹੋ ਅਤੇ ਕਈ ਵਾਰੀ ਤੁਸੀਂ ਮੁੜੇ ਆਉਂਦੇ ਹੋ, ਇਹ ਤੁਹਾਡੇ ਨਾਲ ਧੱਕੇ ਬੜੇ ਹੁੰਦੇ ਨੇ ਵੀ ਤੁਸੀਂ ਪੈਸਾ ਬਚਾਓ ਅਤੇ ਲੀਗਲ ਮੀਨਸ ਨਾਲ ਟਰਾਈ ਕਰੋ। ਜੇ ਤਾਂ ਤੁਹਾਡਾ ਰਿਸ਼ਤਾ ਹੁੰਦਾ ਆਲ ਵੈਲ ਐਂਡ ਗੁੱਡ, ਜੇ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਵੀ ਤੁਸੀਂ ਕੋਈ ਸਕਿੱਲ ਇਹੋ ਜਿਹਾ ਲਓ। ਐਂਡ ਜਿਹੜੀ ਸ਼ੈਫਿੰਗ ਆ, ਸ਼ੈਫਿੰਗ ਇੱਕ ਸ਼ੋਰਟੇਜ ਓਕੂਪੇਸ਼ਨ ਆ ਬਾਹਰ, ਜਿਹਦੇ ਰਾਹੀਂ ਉਹਨਾਂ ਨੂੰ ਇੰਪਲੋਇਮੈਂਟ ਵੀਜ਼ਾ ਮਿਲ ਸਕਦਾ। ਦੇਖੋ, ਸਾਰਿਆਂ ਨੂੰ ਤਾਂ ਮਿਲਣਾ ਨਹੀਂਗਾ, ਲੇਕਿਨ ਜਿਹੜੇ ਮੁੰਡੇ ਅਤੇ ਕੁੜੀਆਂ ਮਿਹਨਤ ਕਰਨਗੀਆਂ, ਸਿੱਖਣਗੀਆਂ, ਉਹ ਪ੍ਰੋਗਰੈਸ ਕਰਨਗੇ, ਉਹਨਾਂ ਦੀ ਪ੍ਰਮੋਸ਼ਨ ਹੋਊਗੀ ਅਤੇ ਕੱਲ੍ਹ ਉਹਨਾਂ ਲਈ ਬਾਹਰਲੇ ਦਰਵਾਜ਼ੇ ਖੁੱਲ੍ਹ ਸਕਦੇ ਨੇ। ਇਹ ਹੈਗਾ ਜੀ ਸਾਈਲੋ, 250 ਟਨ ਪੱਠੇ ਪਾ ਦਈਦੇ ਆ, ਪੱਠੇ ਸ਼ਾਫ ਕਰਕੇ ਇੱਥੇ ਪਾ ਦਈਦੇ ਆ, ਉੱਤੋਂ ਮਿੱਟੀ ਪਾ ਦਈਦੀ ਆ, ਉਹਨਾਂ 'ਚੋਂ ਹਵਾ ਸਾਰੀ ਕੱਢ ਦਈਦੀ ਆ। ਮਿਊਜ਼ਿਕ ਦੇ ਵੀ ਬੜਾ ਸਰਲ ਹੁੰਦਾ, ਮਿਊਜ਼ਿਕ ਥੈਰੇਪੀ ਯੂਜ਼ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਗਾਣੇ ਸੁਣਾਓ, ਮਿਊਜ਼ਿਕ ਸੁਣਾਓ ਤੇ ਉਹ ਦੁੱਧ ਜ਼ਿਆਦਾ ਦਿੰਦੀਆਂ ਨੇ। ਨਹੀਂ, ਆਪਾਂ ਮਿਊਜ਼ਿਕ ਤਾਂ ਨਹੀਂ ਲਾਵਾਂਗੇ ਜੀ, ਆਪਾਂ ਲਾਵਾਂਗੇ
ਜਦੋਂ ਅਸੀਂ ਤੁਹਾਡੇ ਪ੍ਰੋਫਾਈਲ ਤੇ ਇੱਕ ਨਜ਼ਰ ਮਾਰਦੇ ਹਾਂ ਤੇ ਔਰ ਜਿੰਨੀ ਤੁਹਾਡਾ ਹੁਣ ਤੱਕ ਗੱਲਬਾਤ ਕੀਤੀ ਹੈ ਉਹ 'ਚ ਬੜੀਆਂ ਚੀਜ਼ਾਂ ਇਹੋ ਜਿਹੀਆਂ ਸਾਹਮਣੇ ਆਈਆਂ ਜਿਹੜੀਆਂ ਕਿ ਕਿਹਾ ਜਾ ਸਕਦਾ ਔਰ ਸੱਚਾਈ ਵੀ ਹੈ ਕਿ ਕੰਟਰਾਸਟਿੰਗ ਇਟਸ ਹਾਂ ਇਟਸ ਔਰ ਵੈਰੀ ਰੇਅਰ ਕੰਬੀਨੇਸ਼ਨ ਆਲਸੋ ਕਿਤੇ ਮਿੱਟੀ ਘਟਾ ਕਿਤੇ ਫਾਈਵ ਸਟਾਰ ਬਿਲਕੁਲ ਔਰ ਇੱਥੇ ਮਿੱਟੀ ਮੈਨੂੰ ਲੱਗਦਾ ਲੱਭਿਆ ਵੀ ਨਹੀਂ ਲੱਭਣੀ ਹੈ ਨਾ ਤੇ ਇਹ ਪੰਜਾਬ ਦਾ ਪਹਿਲਾ ਫਾਈਵ ਸਟਾਰ ਸੀਗਾ ਵੇਖਿਆ ਤੁਹਾਡੀ ਜ਼ਿੰਦਗੀ ਦਾ ਪਹਿਲਾ ਵੈਂਚਰ ਵੀ ਸੀ ਔਰ ਉਹ ਵੀ ਫੁੱਲ ਆਫ ਰਿਸਕ ਜਿਹਨ ਲੰਡਨ ਦੇ ਬਿਜ਼ਨਸ ਸੀਗੇ ਨਾ ਉੱਥੇ ਹੋਟਲ ਖਰੀਦੇ ਸੀ ਬਣੇ ਬਣੇ ਤੇ ਇੱਥੇ ਬਣਾਉਣਾ ਪਿਆ ਫਰ ਦ ਫਰਸਟ ਟਾਈਮ ਐਂਡ ਉਸ ਵੇਲੇ there are lots of difficulties, bad advice, consultants dying, consultants running away overseas. So, and ultimately, I ended up pretty much designing everything myself. Aaj jo tum dekh rahe ho, aaj tum dekh rahe ho, I pretty much had to do. Kinni ki baar banaya te kinni ki baar hataya dekho coffee shop I designed entirely myself. Acha, properly aap sara. Chairs were selected by me, colors were selected by me. ਉੱਤੇ ਜਿਹੜੇ ਫਲੋਟਿੰਗ ਕਲਾਊਡਸ ਆ ਉਹ ਸਿਲੈਕਟਡ ਬਾਈ ਮੀ ਫਲੋਰਿੰਗ ਪੈਟਰਨ ਵਾਸ ਸਿਲੈਕਟਡ ਬਾਈ ਮੀ ਕੰਦ ਵਾਸ ਦ ਡਿਜ਼ਾਈਨ ਵਾਸ ਡਿਜ਼ਾਈਨ ਬਾਈ ਮੀ ਸਾਡਾ ਜਿਹੜੇ ਚਾਈਨੀਜ਼ ਆ ਐਂਡ ਬਾਰ ਆ ਦੈਟ ਵਾਸ ਡਿਜ਼ਾਈਨ ਬਾਈ ਅ ਬ੍ਰਿਟਿਸ਼ ਡਿਜ਼ਾਈਨਰ ਮੈਰਿਡ ਅ ਫ੍ਰੈਂਚ ਲੇਡੀ ਐਂਡ ਉਹਨਾਂ ਨੇ ਠੀਕ ਕੰਮ ਕੀਤਾ ਫਿਰ ਦੈਨ ਵਨ ਫਾਈਨ ਡੇ ਹੀ ਵੈਨਿਸ਼ਡ ਵਨ ਫਾਈਨ ਡੇ ਜਿਹੜਾ ਸਾਡਾ ਇੰਜੀਨੀਅਰ ਸੀਗਾ ਹੀ ਕਮਿਟਡ ਸੁਇਸਾਈਡ ਇਨ ਯੂਪੀ ਵਿਦ ਹਿਸ ਸਨ ਦੇ ਫੈਲ ਔਨ ਦੀ ਰੇਲਵੇ ਟਰੈਕਸ ਸੋ it was and then we ran out of money tin sal band kam reha to be opened in 1999 and ho 10 saal ho gaye te jadon kam band reha si us vele tode dimag ch ki chalda siga ke eh toda jehda sapna liya hoya chalaya hoya kam nahi oh eh hoya si kuch shak aaya si dimag vich oh eh hoya si mainu dekho je tusi thodi capitalization theek nahi and us vele we ran out of money oh tusi fir stretch karde ho na oh fir tonu hor nanga pay hunda so it is better we kam band karo raise the resources and in our case we had to concentrate on our business in London and then in 98 we sent a lot of money from London 98 and 99 were two very good years and that is when we completed the matlab to ye bhi gal sach karti hai jidan baki NRIs ne sach kiti hai ki Punjab de vikas vich unna di jehdi kiti hadd panvi mehnat hai videshan vich ਇੱਕ ਲਾਪਾ ਚੱਲਿਆ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਤੋਂ ਬਿਨਾ ਉਸ ਗੱਲ ਨੂੰ ਸੱਚ ਸਾਬਿਤ ਕਰਦਾ ਕਿ ਪੰਜਾਬ ਦੇ ਵਿਕਾਸ ਵਿੱਚ ਬੜਾ ਵੱਡਾ ਰੋਲ ਪਲੇ ਕਰ ਰਹੀ ਹੈ ਉਹ ਚੀਜ਼ ਦੇਰ ਇਜ਼ ਨੋ ਸਬਸਟੀਟਿਊਟ ਫਾਰ ਹਾਰਡ ਵਰਕ ਐਗਜ਼ੈਕਟਲੀ ਖੇਤ ਦੇ ਵਿੱਚ ਉਹ ਮਿਹਨਤ ਜਿਹੜੀ ਯੂਕੇ ਕੀਤੀ ਆ ਉਹਨੇ ਸਾਨੂੰ ਆ ਕੇ ਉਸ ਮੌਕੇ 'ਤੇ ਸੇਵ ਕੀਤਾ ਤਾਂ ਕਰਕੇ ਇਹ ਜਗ੍ਹਾ ਕੰਪਲੀਟ ਹੋਈ ਹੈ ਦੇਖੋ ਹੋਟਲ ਇੰਡਸਟਰੀ ਦੇ ਵਿੱਚ ਕਲਾਸਿਕ ਜਿਹੜੀ ਡਿਫਰੈਂਟੀ ਆਉਂਦੀ ਆ ਜਿਹਨਾਂ ਕੋਲ ਨਹੀਂ ਐਕਸਪੀਰੀਅੰਸ ਹੁੰਦਾ ਉਹ ਸੋਚਦੇ ਨੇ ਵੀ ਸਟਰਕਚਰ ਖੜਾ ਹੋ ਗਿਆ ਤੇ ਸਾਡਾ ਹੋਟਲ ਖੁੱਲ ਗਿਆ ਲੇਕਿਨ ਜਿਹੜਾ ਸਟਰਕਚਰ ਹੁੰਦਾ ਉਹ ਤਾਂ ਈਵਨ ਇੱਕ ਪਾਰਟ ਹੈ ਉਹ ਤਾਂ ਈਵਨ 10% ਆਫ ਐਕਸਪੈਂਡੀਚਰ ਨੂੰ ਸਟਰਕਚਰ ਖੜਾ ਕਰਨਾ ਬੜਾ ਸਖਾਲਾ ਬਟ ਐਕਚੁਅਲੀ ਗੈਟ ਇਟ ਫਿਟਡ ਆਊਟ ਐਂਡ ਇਜ਼ ਦੈਟ ਦੈਟਸ ਦ ਮੋਸਟ ਐਕਸਪੈਂਸਿਵ ਸੋ ਯੂ ਟੈਂਡ ਟੂ ਗੈਟ ਇਟਸ ਐਕਸਪੈਂਸਿਵ ਫਿਨਿਸ਼ਿੰਗ ਮਸ਼ੀਨਰੀ ਐਂਡ ਆਲ ਦੈਟ ਇਟਸ ਕੁਆਇਟ ਐਕਸਪੈਂਸਿਵ ਹੋਟਲ ਦੇ ਤੁਹਾਡੇ ਲਈ ਨੋ ਡਾਊਟ ਇੱਕ ਕਮਰਸ਼ੀਅਲ ਜਗ੍ਹਾ ਸੀ ਤੁਹਾਡੇ ਵਾਸਤੇ ਬਿਜ਼ਨਸ ਹੈ ਬਿਜ਼ਨਸ ਤੋਂ ਇਲਾਵਾ ਤੁਹਾਡੀਆਂ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਐਕਟੀਵਿਟੀਜ਼ ਇਸ ਜਗ੍ਹਾ ਤੇ ਚੱਲਦੀਆਂ ਨੇ ਸਾਡੀ ਆਈਟੀ ਕੰਪਨੀ ਤੋਂ ਸ਼ੁਰੂ ਹੋਈ ਅੱਛਾ ਜੀ ਕਮਾ ਹੁਣ ਦਿੱਲੀ ਜਿਆਦਾ ਇੰਪਲੋਏ ਕਰਦੇ ਹਾਂ ਅਸੀਂ ਦੀ ਆਈਟੀ ਕੰਪਨੀ ਸਟਾਰਟਡ ਹੈ ਕਦੋਂ ਅਸੀਂ ਸ਼ੁਰੂ ਕੀਤੀ ਸੀ 2000 ਚ ਹੋਟਲ ਓਪਨ ਇਨ 99 ਦੈਟ ਵੀ ਸਟਾਰਟਡ ਈਅਰ ਲੇਟਰ ਨਾਓ ਵੀ ਹੈਵ ਮੋਸਟ ਆਫ ਇਨ ਦਿੱਲੀ ਦਨ ਹੈ ਤੁਹਾਨੂੰ ਕਿਹੜੀ ਗੱਲ ਇਨਸਪਾਇਰ ਕੀਤਾ ਹੈ ਆਈਟੀ ਕੰਪਨੀ ਸਟਾਰਟ ਕਰਨ ਸ਼ੁਰੂ ਕਰਨ ਚ ਸੀ ਦੈਟ ਟਾਈਮ ਮਾਈ ਡਾਟਰ ਵਾਸ ਅ ਬ੍ਰਿਟਿਸ਼ ਕੀ 8 ਸਾਲਾਂ ਸਾਲ ਦੇ 8 ਸਾਲ ਦੀ ਸਾਨੂੰ ਕੋਈ ਐਜੂਕੇਸ਼ਨ ਸੋਫਟਵੇਅਰ ਨਹੀਂ ਮਿਲਦਾ ਸੀ ਆਈ ਸਰਵੇ ਦ ਮਾਰਕੀਟ ਮਾਰਕੀਟ ਕੋਈ ਖਾਸ ਪ੍ਰੋਡਕਟ ਹੈ ਨਹੀਂ ਸੀ ਦੇਰ ਵਾਸ ਨੋ ਖਾਸ ਪ੍ਰੋਡਕਟ
ਸੋ ਉਸ ਵੇਲੇ ਆਈ ਸੈਡ ਦੈਟ ਜੇ ਮਾਰਕੀਟ ਨਹੀਂ ਮਿਲਦਾ ਲੈਟਸ ਮੇਕ ਇਟ ਆਸੈਲਵਸ। ਸੋ ਜੀ ਇੱਧਰ ਆਪਾਂ ਹੁਣ ਆਪਣਾ ਹੈਲਥ ਕਲੱਬ ਆ ਖੁਸ਼ਬੂ ਵੀ ਆ ਰਹੀ ਹੈ। They had two treadmills and maybe one of the machine. Mera da jehda eh gym culture hai eh sirf ik exercise layi nahi hai, eh todi lokan nu milna dekho social perspective bhi hai, par main dekhya jehde do categories hai ta jinna ne aana te leisurely conduct karna, ਦੂਜਾ ਜਿਹਨਾਂ ਨੇ ਆਉਣਾ ਤੇ ਐਕਚੁਅਲੀ ਜਿਹਨਾਂ ਨੇ ਕਰਨੀ ਐਕਸਰਸਾਈਜ਼, ਜਿਹਨਾਂ ਨੇ ਐਕਸਰਸਾਈਜ਼ ਕਰਨੀ ਹੈ ਐਕਟਿਵਲੀ। ਤੁਸੀਂ ਇਕੱਲੇ ਐਕਸਰਸਾਈਜ਼ ਕਰਦੇ ਹੋ ਜਾਂ ਤੁਹਾਡੇ ਕੋਈ ਦੋਸਤ ਕੋਈ ਫਰੈਂਡਸ ਆਉਂਦੇ ਆ ਜਦੋਂ ਤੁਸੀਂ ਵੈਨ ਆਈ ਐਮ ਹੇਅਰ ਆਈ ਵਿਲ ਬੀ ਅਲੋਨ, ਮਾਈ ਫਾਦਰ ਵਿਲ ਬੀ ਹੇਅਰ। ਉਹ 6 ਵਜੇ ਆਉਂਦੇ ਬੜੇ ਥੋੜੇ। ਅੱਛਾ, ਪੀਪਲ ਸਟਾਰਟ ਕਮਿੰਗ ਐਟ ਅਬਾਊਟ 6:30-7:00। ਤੁਹਾਡੇ ਲਈ ਕਿਹੜਾ ਮੌਕਾ ਜਦੋਂ ਤੁਹਾਨੂੰ ਬਹੁਤ ਗੁੱਸਾ ਆਉਂਦਾ? ਗੁੱਸਾ ਤਾਂ ਕਈ ਵਾਰੀ ਆ ਜਾਂਦਾ, ਪਰ ਲੇਕਿਨ ਸਿਆਸਤ ਇੱਕ ਚੀਜ਼ ਇਹੋ ਜਿਹੀ ਆ, ਇਹ ਤੁਹਾਨੂੰ ਸਿਖਾ ਦਿੰਦੀ ਆ ਵੀ ਗੁੱਸਾ ਸੰਭਾਲਦੇ। ਕਦੇ ਤੁਹਾਨੂੰ ਇਹ ਜਿਹੜਾ ਪੰਚਿੰਗ ਹਜੇ ਤੱਕ ਤੁਸੀਂ ਮੈਨੂੰ ਗਲਵਸ ਤਾਂ ਪਵਾ ਦਿੱਤੇ, ਮੈਨੂੰ ਇਹਦਾ ਐਕਸ਼ਨ ਨਹੀਂ ਪਤਾ ਕਿੱਦਾਂ ਕਰਦੇ ਹੁੰਦੇ। ਇਹ ਬਸ ਤੁਸੀਂ ਮੈਨੂੰ ਵੀ ਮਾਰ ਸਕਦੇ ਹੋ, ਮਾਰੋ ਮਾਰੋ ਮਾਰੋ, ਮੈਨੂੰ ਐਕਸ਼ਨ ਨਹੀਂ ਪਤਾ। ਜੋਤੀ 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 ਆਏ ਤੁਹਾਡੀ ਲਾਈਫ ਦੀਆਂ ਉਹ ਕਿਹੜੀਆਂ ਪੰਜ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਰਨੀਆਂ ਚਾਹੁੰਦੇ ਸੀਗੇ ਤੇ ਉਹਨਾਂ ਤੁਸੀਂ ਕਰ ਚੁੱਕੇ ਹੋ, ਜਾਂ ਉਹਨਾਂ 'ਚ ਕੁਛ ਬਾਕੀ ਆ? ਪੰਜ ਚੀਜ਼ਾਂ, ਵਾਹ। ਆਈ ਲਾਈਕ ਟੂ ਲੂਜ਼ ਵੇਟ, ਇਹ ਕਰਨਾ ਬਾਕੀ ਆਬਜੈਕਟਿਵ ਆ। ਮੇਰਾ ਆਬਜੈਕਟਿਵ ਆ ਵੀ ਭਾਰ 90 ਕਿਲੋ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਹੁਣ ਕਿੰਨਾ? ਜਦੋਂ ਹੁਣ ਤਾਂ ਬਹੁਤ ਜ਼ਿਆਦਾ ਹੈ। ਦੱਸ ਦੇ ਮਾੜਾ ਜਿਹਾ। ਜਦੋਂ ਵੀ ਮੈਂ ਡਾਕਟਰ ਕੋਲ ਜਾਣਾ, ਡਾਕਟਰ ਮੈਨੂੰ ਕਹਿੰਦਾ ਥੋੜਾ ਸਾਹਿਬ ਤੁਹਾਡੇ ਕੰਧ ਦੇ ਹਿਸਾਬ ਨਾਲ ਤੁਹਾਡਾ ਭਾਰ 75 ਕਿਲੋ ਤੋਂ ਜ਼ਿਆਦਾ ਨਹੀਂ ਹੋ ਸਕਦਾ, ਕਿਲੋ ਤੋਂ ਜ਼ਿਆਦਾ ਨਹੀਂ ਹੋਣਾ। ਕਿੰਨਾ ਜ਼ਿਆਦਾ ਹੁਣ? ਤੇ ਮੇਰਾ ਹੁਣ ਕਿੰਨੇ ਕਿਲੋ ਜ਼ਿਆਦਾ 75 ਤੋਂ? ਮੇਰਾ ਹੁਣ 33 ਕਿਲੋ ਜ਼ਿਆਦਾ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਕੀ ਗੱਲਾਂ ਕਰਦੇ, ਮੈਂ ਵੀ ਮੈਡੀਸਨ ਕੀਤੀ ਹੋਈ ਆ, ਮੈਂ ਕਿਹਾ ਤੁਹਾਡਾ ਹੀ ਖਿਆਲ ਮੈਂ ਕਦੇ 75 ਹੋ ਜੂੰਗਾ, ਨਹੀਂ ਹੋ ਸਕਦਾ। ਮੇਰਾ ਟਾਰਗੇਟ ਹੈਗਾ ਸਬ 90, ਆਈ ਲਾਈਕ ਟੂ ਬੀ ਅੰਡਰ 90, ਆਈ ਲਾਈਕ ਟੂ ਟਰੈਵਲ ਦ ਵਰਲਡ। ਕਿਸ ਦੇ ਬਾਰੇ ਆਪਣੀ ਲਾਈਫ ਬਾਰੇ ਗੁੱਡ ਫਿਕਸ਼ਨ ਆਲ ਮੇਕ ਅਪ ਅ ਰੋਮਾਂਸ। ਤੁਸੀਂ ਸੋਚਦੇ ਵੀ ਹੋ ਕਿ ਹੁਣ ਕੋਈ ਪਲੌਟ ਕੋਈ ਸਟੋਰੀ ਤੁਹਾਡੇ ਦਿਮਾਗ 'ਚ ਆ ਰਹੀ ਹੈ? ਪਹਿਲਾਂ ਗੱਲਾਂ ਕਰਦੇ ਸੀ ਤੇ ਜਿਹੜੀ ਆਈ ਲਾਈਕ ਟੂ ਰਾਈਟ ਫਿਕਸ਼ਨ ਨੋਵਲ, ਰੋਮਾਂਟਿਕ ਫਿਕਸ਼ਨ ਨੋਵਲ, ਆਈ ਲਾਈਕ ਟੂ ਮੇਕ ਏ ਲੋ ਬਜਟ ਫਿਲਮ ਇਨ ਇੰਗਲਿਸ਼,
ਇਨ ਇੰਗਲਿਸ਼ ਪੰਜਾਬੀ ਚ ਕਿਉਂ ਨਹੀਂ ਬਣਾਉਣਾ ਚਾਹੁੰਦੇ? ਉਹ ਫਿਰ ਯਾਰ ਬਾਅਦ ਪੰਜਾਬੀ ਕਰ ਲਾਂਗੇ ਥੋੜੀ ਕੁਆਲਿਟੀ ਅੰਗਰੇਜ਼ੀ ਚ ਕਰਕੇ ਨਾ, ਤੇ ਦੈਨ ਰੀਵਰਜ਼ਨਿੰਗ ਇਟ ਇਜ਼ ਨਾਟ ਗੋਇੰਗ ਟੂ ਬੀ ਸੋ ਐਕਸਪੈਂਸਿਵ ਐਂਡ ਆਈਡ ਲਾਈਕ ਟੂ ਸਪੈਂਡ ਮੋਰ ਟਾਈਮ ਵਿਦ ਮਾਈ ਫੈਮਿਲੀ। ਐਨਸੈਸਟਰਲ ਹੋਮ ਆ ਤੇ 63 ਚ ਮੇਰਾ ਇੱਥੇ ਜਨਮ ਹੋਇਆ ਸੀਗਾ ਇਨ ਦਿਸ ਹਾਊਸ। ਪਰ ਇਹ ਤਾਂ ਬੜਾ ਨਵਾਂ ਲੱਗ ਰਿਹਾ। ਪਹਿਲਾਂ ਕੱਚਾ ਹੁੰਦਾ ਸੀ ਨਾ, ਕੋਈ ਐਸੀ ਯਾਦ ਸਾਂਭ ਕੇ ਰੱਖੀ ਹੋਈ ਹੈ ਜਿਹੜੀ ਪੁਰਾਣੇ ਘਰ ਦੀ ਯਾਦ? ਸੋ ਜੀ ਇਹ ਸਾਡਾ ਪੁਰਾਣਾ ਘਰ ਸੀਗਾ, ਮੇਰੇ ਬੋਜੀਆਂ ਦੀ ਗ੍ਰੈਂਡਫਾਦਰ ਹੋਣ ਦੀ ਬੈਠਕ ਹੁੰਦੀ ਸੀਗੀ। ਉਸ ਜ਼ਮਾਨੇ ਚ ਥੋੜੇ ਪੜ੍ਹਦੇ ਹੁੰਦੇ ਸੀਗੇ, ਇਹ ਲਾਹੌਰ ਆਪਦੀ ਐਸੇ ਕਰਕੇ ਆਏ ਸੀਗੇ, ਪੋਸਟ ਮਾਸਟਰ ਦੀ ਇਹਨਾਂ ਨੇ ਸਰਵਿਸ ਕੀਤੀ। ਜੋ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ, ਮੈਂ ਨੋਟਿਸ ਕੀਤਾ ਕਿ ਤੁਹਾਡੀ ਵੌਇਸ ਕੁਆਲਿਟੀ ਜਿਹੜੀ ਹੈ ਨਾ, ਹਾਂਜੀ, ਇਹ ਬ੍ਰੌਡਕਾਸਟਿੰਗ ਲੈਵਲ ਦੀ ਹੈ। ਅੱਛਾ, ਕੱਲ ਤੁਹਾਨੂੰ ਕਿਸੇ ਨੇ ਕਮੈਂਟ ਕੀਤਾ ਕਿ ਯੂ ਹੈਵ ਅ ਵੈਰੀ ਵੈਰੀ ਇਫੈਕਟਿਵ ਵੌਇਸ। ਸ਼ਪਾਰ ਦੇ ਮੇਲੇ ਤੇ ਮੇਰੀ ਵੀਡੀਓ ਚੱਕ ਕੇ ਕਿਸਨੇ YouTube ਤੇ ਲਾ ਦਿੱਤੀ ਸੀ। ਅੱਛਾ, ਤੇ ਉੱਥੇ ਟਾਈਟਲ ਦਿੱਤਾ ਅਪਲਿਫਟਿੰਗ ਸਪੀਚ ਬਾਈ ਜਸੀ ਖੰਡਾ। ਉਦੋਂ ਬਾਅਦ ਮੈਂ ਤਕਰੀਬਨ ਆਉਂਦੀ ਸਾਰੀਆਂ ਮੇਜਰ ਸਪੀਚਸ ਹੈ ਨਾ, ਹੁਣ ਸਾਰੀ YouTube ਤੇ ਆਉਂਦੀ। ਜੇ ਤੁਹਾਨੂੰ ਕਿਸੇ ਰੇਡੀਓ ਸਟੇਸ਼ਨ ਵੱਲੋਂ ਜਾਂ ਟੈਲੀਵਿਜ਼ਨ ਵੱਲੋਂ ਤੁਹਾਡੀ ਵੌਇਸ ਦੇ ਕੇ ਮੌਕਾ ਮਿਲੇ ਕਿ ਜੀ ਤੁਸੀਂ ਆ ਕੇ ਸਾਡੇ ਟੈਲੀਵਿਜ਼ਨ ਤੇ ਜਾਂ ਰੇਡੀਓ ਤੇ ਪ੍ਰੋਗਰਾਮ ਹੋਸਟ ਕਰੋ, ਹਾਂਜੀ, ਤੇ ਤੁਸੀਂ ਉਹਦੀ ਸਟਾਰਟਿੰਗ ਕਿਵੇਂ ਕਰੋਗੇ? ਪਹਿਲਾਂ ਤਾਂ ਸਾਰਿਆਂ ਨੂੰ ਵੈਲਕਮ ਕਰਾਂਗੇ। ਤੁਸੀਂ ਤਾਂ ਦੇਖ ਕੇ, ਮੰਨ ਲਓ ਤੁਹਾਨੂੰ ਮੌਕਾ ਮਿਲ ਗਿਆ, ਇਸ ਤਰ੍ਹਾਂ ਮੌਕਾ ਦੇ ਦਿੱਤਾ ਕਿ ਤੁਸੀਂ ਸਾਡੇ ਟੈਲੀਵਿਜ਼ਨ ਸ਼ੋਅ ਦੇ ਐਂਕਰ ਹੋ ਤੇ ਤੁਸੀਂ ਇੰਟਰਵਿਊ ਕਰਨਾ ਕਿਸੇ ਪਰਸਨੈਲਿਟੀ ਨੂੰ। ਤੁਸੀਂ ਜੱਸੀ ਘੰਗੂੜਾ ਨਹੀਂ ਹੋ, ਤੁਸੀਂ ਜੱਸੀ ਘੰਗੂੜਾ ਨੂੰ ਇੰਟਰਵਿਊ ਕਰਨਾ। ਠੀਕ ਹੈ ਜੀ। ਤੁਸੀਂ ਹੁਣ ਇੱਕ ਜਸਟ ਐਂਕਰ ਹੋ, ਜੱਸੀ ਘੰਗੂੜਾ ਤੁਹਾਡੇ ਸਾਹਮਣੇ ਖੜੇ ਆ, ਤੁਸੀਂ ਉਹਨਾਂ ਨੂੰ ਐਂਕਰ ਕਰਨਾ ਸਟਾਰਟ ਕਰੋ। ਮੈਂ ਕੋਸ਼ਿਸ਼ ਕਰ ਲੈਣਾ, ਪਰ ਪ੍ਰੋਫੈਸ਼ਨਲ ਤਾਂ ਮੈਂ ਨਹੀਂ ਕਰ। ਅੱਜ ਦੇ ਵੀਰਸ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ ਐਂਡ ਗੁੱਡ ਆਫਟਰਨੂਨ। ਅੱਜ ਮੇਰੇ ਕੋਲ ਭੈਣ ਜੀ ਰਮਨ ਜੀ ਆਏ ਨੇ, ਇਹਨਾਂ ਨੇ ਗਲੋਰੀਅਸ ਕਰੀਅਰ ਇਨ ਮੀਡੀਆ ਬਣਾਇਆ ਹੋਇਆ, ਤੇ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕਿਵੇਂ ਇਸ ਕਰੀਅਰ ਦੇ ਵਿੱਚ ਆਏ, ਕੀ ਇਹਨਾਂ ਨੇ ਸਿੱਖਿਆ ਤੇ ਕੀ ਸਾਨੂੰ ਸਿਖਾ ਸਕਦੇ ਨੇ। ਬਹੁਤ ਵਧੀਆ। ਪੁਰਾਣੇ ਘਰ ਬਾਬਤ ਯਾਦਾਸ਼ਤ ਤਾਂ ਥੋੜੀ ਆ, ਕਿਉਂਕਿ ਦੇਖੋ 2 ਸਾਲ ਦੇ ਲੰਡਨ ਚਲੇ ਗਏ ਤੇ 5 ਸਾਲ ਦੀ ਉਮਰ ਚ ਅਸੀਂ ਵਾਪਸ ਆਏ ਸੀ ਪਹਿਲੀ ਵਾਰੀ। ਫਾਦਰ ਨੇ ਮੈਨੂੰ ਬਿਸ਼ਪ ਕਾਟਨ ਸਕੂਲ 2 ਸਾਲ ਬੋਰਡਿੰਗ ਲਈ ਭੇਜਤਾ। ਸੋ ਮੇਰੀ ਉਮਰ ਸੀ 5 ਸਾਲ ਦੀ ਤੇ ਬ੍ਰਦਰ ਦੀ ਉਮਰ ਉਸ ਵੇਲੇ ਸੀ 1.5 ਸਾਲ ਦੀ, ਤੇ ਉਦੋਂ ਅਸੀਂ ਇੱਥੇ ਆਏ। ਉਦੋਂ ਵੀ ਮੈਨੂੰ ਇੰਨਾ ਕੁ ਜ਼ਿਆਦਾ ਬਈ, ਕਿਉਂਕਿ 69 ਦੀ ਗੱਲ ਹੋ ਰਹੀ ਆ, ਬਈ ਘਰ ਜਿਹੜਾ ਸੀਗਾ ਇਸ ਪਾਸੇ ਸੀਗਾ। ਕੱਚਾ ਘਰ ਪੂਰਾ ਦੇਖਿਆ, ਚੁਆਰਾ ਉੱਤੇ ਹੁੰਦਾ ਸੀ ਉਹ ਪੂਰਾ ਦੇਖਿਆ, ਇੱਕ ਉੱਤੇ ਸਕਾਈ ਲਾਈਟ ਹੁੰਦੀ ਸੀ ਉਹ ਮੈਨੂੰ ਯਾਦ ਆ। ਲੇਕਿਨ ਆਹ ਜਿਹੜਾ ਇਸ ਪੋਸ਼ਨ ਘਰ ਆ ਨਾ, ਇਹ ਸਾਡੇ ਗੁਆਂਢੀ ਹੁੰਦੇ ਸੀਗੇ, ਇੱਕ ਬਜ਼ੁਰਗ ਔਰਤ ਇੱਥੇ ਰਹਿੰਦੇ ਹੁੰਦੇ ਸੀ, ਉਹਨਾਂ ਨੂੰ ਅਸੀਂ ਮੈਨੂੰ ਲੱਗਦਾ ਅੰਮਾ ਕਹਿੰਦੇ ਹੁੰਦੇ ਸੀ। ਉਹ ਇਕੱਲੇ ਘਰੇ ਰਹਿੰਦੇ ਹੁੰਦੇ ਸੀਗੇ ਤੇ ਪੰਜਾਬੀ ਸੀਗੇ, ਤੇ ਇਹ ਪੋਰਸ਼ਨ ਉਹਨਾਂ ਦੇ ਪਰਿਵਾਰ ਤੋਂ ਅਸੀਂ ਬਾਅਦ 'ਚ ਖਰੀਦਿਆ ਤਾਂ ਘਰ ਵੱਡਾ ਹੋਇਆ। ਤੇ ਕੋਈ ਖਾਸ ਮੈਮਰੀਜ਼ ਉਸ ਟਾਈਮ ਦੀਆਂ, ਕੁਝ ਖੇਡਣ ਦੀਆਂ, ਸ਼ਰਾਬਤਾਂ ਕਰਨ ਦੀਆਂ? ਇੱਥੇ ਮੈਨੂੰ ਜ਼ਿਆਦਾ ਛੋਟੇ ਹੁੰਦੇ ਜਦੋਂ ਆਉਂਦੇ ਹੁੰਦੇ ਸੀਗੇ 5 ਸਾਲ ਦੇ ਸ਼ਿਮਲੇ ਤੋਂ ਛੁੱਟੀਆਂ, ਇੱਥੇ ਹੱਟੀ ਹੁੰਦੀ ਸੀਗੀ। ਅੱਛਾ, ਸੋ ਹੱਟੀ 'ਚ ਬੱਤੇ ਲੈਣ ਜਾਂਦੇ ਹੁੰਦੇ ਸੀ। ਹੁਣ ਮੈਨੂੰ ਇਹ ਨਹੀਂ ਪਤਾ ਬੱਤਾ ਕਿੰਨੇ ਪੈਸੇ ਆਉਂਦਾ ਸੀ ਉਹ, ਤੇ ਇੱਕ ਮੈਨੂੰ ਇਹ ਯਾਦ ਆ, ਲੇਕਿਨ ਉਦੋਂ ਘਰ ਬਣ ਗਿਆ ਸੀਗਾ।
ਘਰ ਬਣ ਗਿਆ ਸੀਗਾ, ਇਹ ਹੋਣੀ ਆ 73 ਦੀ ਗੱਲ, 10 ਸਾਲ ਦੀ ਉਮਰ ਸੀਗੀ। ਮੈਨੂੰ ਪਤਾ ਸੀ ਵੀ ਇੰਡੀਆ ਪਟਾਕੇ ਬੜੇ ਸਸਤੇ ਮਿਲਦੇ ਨੇ, ਸਾਡੇ ਯੂਕੇ 'ਚ ਤਾਂ ਫਾਈਬਰਸ ਮਹਿੰਗੇ ਬਹੁਤ ਹੁੰਦੇ ਨੇ, ਅਤੇ ਉੱਥੇ ਤੁਸੀਂ 200 ਪਾਉਂਡ ਖਰਚ ਲਓ ਅੱਜ ਦਾ 16,000 ਰੁਪਇਆ, ਅਤੇ ਤੁਹਾਡੇ ਪਟਾਕੇ 20 ਮਿੰਟਾਂ 'ਚ ਮੁੱਕ ਜਾਂਦੇ ਨੇ। ਅਤੇ ਮੈਨੂੰ ਕਿਸੇ ਤੋਂ ਸੁਣਿਆ ਸੀ ਵੀ ਇੰਡੀਆ 'ਚ ਪਟਾਕੇ ਬੜੇ ਸਸਤੇ ਮਿਲਦੇ ਨੇ, ਸੋ ਮੈਂ ਜਾ ਕੇ ਪਟਾਕੇ ਲੈ ਕੇ ਆਉਂਦੇ ਕ੍ਰੈਕਰਸ, ਇੱਥੇ ਬਹੁਤ ਜੀ ਬੈਠੇ ਅਖਬਾਰ ਪੜ੍ਹਦੇ ਸੀਗੇ ਅਤੇ ਮੈਂ ਇੱਥੇ ਹੀ ਚਲਾਤੇ। ਮੇਰੇ ਗ੍ਰੈਂਡਫਾਦਰ ਪੂਰੇ ਹੋਏ ਨੇ 1978 ਸਾਲ ਸਾਡੇ ਕੋਲ ਯੂਕੇ ਰਹਿ ਕੇ ਆਏ ਸੀਗੇ, ਸੋ ਇਸ ਘਰ 'ਚ ਮੇਰੀ ਲਾਸਟ ਉਹਨਾਂ ਨਾਲ ਮੁਲਾਕਾਤ ਹੋਈ ਸੀ 76 'ਚ, ਸੋ ਮੇਰੀ 13 ਸਾਲ ਦੀ ਉਮਰ ਸੀ, ਅਤੇ ਮੈਨੂੰ ਲੱਗਦਾ ਮੇਰੀ ਗੇਮ ਠੀਕ ਸੀ, ਮੈਨੂੰ ਲੱਗਦਾ ਤੁਸੀਂ ਹਾਰਦੇ ਹੋ ਸਕਦਾ ਪਰ ਯਾਦ ਨਹੀਂ ਹੈ। ਲੇਕਿਨ 13 ਸਾਲ ਦੀ ਉਮਰ 'ਚ ਜੇ ਤੁਸੀਂ ਆਪਣੇ ਗ੍ਰੈਂਡਫਾਦਰ ਤੋਂ ਹਾਰ ਵੀ ਜਾਓ ਉਹ 'ਚ ਵੀ ਖੁਸ਼ੀ ਹੈ, ਖੇਡਦੇ ਤਾਂ ਹੈਗੇ ਨੇ। ਹੁਣ ਤੁਸੀਂ ਚੈਸ ਕਿਸ ਲੈਵਲ ਤੇ ਖੇਡ ਲੈਂਦੇ ਹੋ? ਨਹੀਂ, ਚੈਸ ਮੈਂ ਤਾਂ ਖੇਡੀ ਨਹੀਂ ਗਈ, ਬਸ ਛੱਡਦੀ ਹੋਣੀ। ਹੁਣ ਤਾਂ ਗੱਲ, ਹੁਣ ਤਾਂ ਜਨਤਾ ਸਾਡੇ ਨਾਲ ਚੈਸ ਖੇਡਦੀ ਹੈ, ਤੇ ਉਹਦੇ 'ਚ ਤੁਹਾਡੀ ਪੋਜੀਸ਼ਨ ਕੀ ਰਹਿੰਦੀ ਹੈ? ਦੇਖੋ, ਇਹ ਤਾਂ ਹੁਣ ਜਨਤਾ ਦੀ ਆਵਾਜ਼ ਆ, ਜਨਤਾ ਨੇ ਸਾਨੂੰ ਮੂਹਰੇ ਲੈ ਕੇ ਆਉਂਦਾ, ਜਨਤਾ ਸਾਨੂੰ ਪਿੱਛੇ ਵੀ ਕਰ ਸਕਦੀ ਹੈ, ਜਨਤਾ ਸਾਨੂੰ ਪਾਸੇ ਵੀ ਕਰ ਸਕਦੀ ਹੈ। ਸੋ ਇਹ ਜਿਹੜੀ ਸਿਆਸਤ ਆ, ਇਹਦੇ 'ਚ ਅਸੀਂ ਚੈਸ ਗੇਮ ਦੇ ਵਿੱਚ ਇੱਕ ਖਿਲਾੜੀ ਬਣ ਜਾਂਦੇ ਹਾਂ। ਜ਼ਿੰਦਗੀ ਦੇ ਇਸ ਮੋੜ ਤੇ ਪਹੁੰਚ ਕੇ ਜਿਹਦੇ ਵਿੱਚ ਤੁਸੀਂ ਬਹੁਤ ਸਾਰੇ ਕੰਮ ਨਵੇਂ ਸ਼ੁਰੂ ਕੀਤੇ ਹੋਏ ਨੇ, ਬੜਾ ਚੈਲੰਜਿੰਗ ਕੰਮ ਹੈ ਬੀਂਗ ਅ ਪੋਲੀਟੀਸ਼ੀਅਨ, ਲੋਕਾਂ 'ਚ ਵਿਚਰਨਾ, ਪਬਲਿਕ ਦੇ ਨਾਲ ਉਹਨਾਂ ਦੇ ਵਿਚਾਰ ਸੁਣਨੇ, ਆਪਣੇ ਵਿਚਾਰ ਸਾਂਝੇ ਕਰਨੇ। ਕਿਹੜੀਆਂ ਗੱਲਾਂ ਜਾਂ ਕਿਹੜੀਆਂ ਮੈਮੋਰੀਜ਼ ਨੇ ਜਾਂ ਕਿਹੜੇ ਲਮਹੇ ਨੇ, ਕਿਹੜਾ ਸਮਾਂ ਹੈ ਜਿਸ ਨੂੰ ਤੁਸੀਂ ਬਾਰ ਬਾਰ ਰੈਲਿਸ਼ ਕਰਦੇ ਹੋ ਸਟ੍ਰੈਸ ਬਰਨਰ ਦੇ ਤੌਰ ਤੇ? ਮੈਂ ਜੀ ਇੱਥੇ ਮਾਰਬਲਸ ਖੇਡਦਾ ਹੁੰਦਾ ਸੀ। ਅੱਛਾ, ਬਹੁਤ ਜ਼ਿਆਦਾ ਬੰਟੇ ਖੇਡਦੇ ਹੁੰਦੇ ਸੀਗੇ, ਤੇ ਇੱਥੇ ਦੇ ਰੂਲਸ ਮੈਨੂੰ ਪਤਾ ਨਹੀਂ ਸੀ। ਲੰਡਨ ਬੱਚੇ ਪਲੇ ਗਰਾਊਂਡ ਖੇਡਦੇ ਨੇ, ਉੱਥੇ ਰੂਲਸ ਡਿਫਰੈਂਟ ਹੁੰਦੇ ਆ। ਜਦੋਂ ਅਸੀਂ ਇੱਥੇ ਆਈਦੇ ਸੀ ਤੇ ਇੱਥੇ ਯੰਗਸਟਰਸ ਨਾਲ ਖੇਡਦੇ ਸੀ, ਇੱਥੇ ਚੀਟਿੰਗ ਵੀ ਹੁੰਦੀ ਸੀ, ਇੱਥੇ ਅਸੀਂ ਹਮੇਸ਼ਾ ਹਾਰ ਜਾਂਦੇ ਸੀ ਕਿਉਂਕਿ ਉਹਨਾਂ ਦੇ ਰੂਲਸ ਅਸੀਂ ਕਦੇ ਸਮਝ ਨਹੀਂ ਸਕਦੇ ਸੀ। ਸੋ ਇੱਕ ਮੈਨੂੰ ਯਾਦ ਆ, ਜਦੋਂ ਅਸੀਂ ਪਹਿਲਾਂ ਆਏ ਹਾਂ, ਮੇਰੇ ਇਹ ਹੋਣੀ ਆ, ਹਾਂ, ਜਦੋਂ ਅਸੀਂ ਸ਼ਿਮਲੇ ਪੜ੍ਹਦੇ ਹੁੰਦੇ ਸੀਗੇ, ਮੇਰੇ ਗ੍ਰੈਂਡਫਾਦਰ ਹੋਣਾ ਨੇ ਮੇਰੇ ਬ੍ਰਦਰ ਨੂੰ ਟ੍ਰਾਈਸਾਈਕਲ ਲੈ ਕੇ ਦਿੱਤਾ। ਚੁੱਲ੍ਹੇ ਤੋਂ ਜਿਹੜਾ ਧੂੰ ਆਉਂਦਾ ਉਹ ਯਾਦ ਆਸ਼ਾ ਮੈਨੂੰ ਬੜਾ ਚੰਗਾ ਲੱਗਦਾ ਸੀ ਉਦੋਂ। ਹੁਣ ਤਾਂ ਚਲੋ ਗੈਸ ਸਾਰੇ ਆ ਗਈ, ਜ਼ਮਾਨਾ ਬਦਲ ਗਿਆ। ਬਿਜਲੀ ਮੈਨੂੰ ਯਾਦ ਆ, ਜੋ ਬਿਜਲੀ ਦੀਆਂ ਤਾਰਾਂ ਪਾ ਰਹੇ ਸੀਗੇ, ਹਾਂ, ਉਦੋਂ ਇੱਥੇ ਸੀਗਾ, ਮਸਟ ਬੀ 69 or 70, ਛੁੱਟੀ 'ਚ ਆਇਆ ਹੋਇਆ ਸੀਗਾ, ਉਦੋਂ ਪਿੰਡ 'ਚ ਤਾਰਾਂ ਖਿੱਚ ਰਹੇ ਸੀ ਸਾਰੇ ਪਾਸੇ, ਸੋ ਇਲੈਕਟ੍ਰੀਫਿਕੇਸ਼ਨ ਉਦੋਂ ਹੋਈ ਆ। ਆਈ ਵਾਸ ਅਬਾਊਟ 7 ਇਅਰਸ ਓਲਡ ਐਟ ਦੈਟ ਟਾਈਮ। ਤੁਸੀਂ ਬਚਪਨ ਦੇ ਵਿੱਚ ਕਿੱਦਾਂ ਦੇ ਬੱਚੇ ਸੀ, ਸ਼ਰਾਰਤੀ ਜਾਂ ਸ਼ਰੀਫ? ਇਹਦੇ ਬਾਬਤ ਮੈਂ ਕੀ ਦੱਸ ਸਕਦਾ, ਮਦਰ ਮਿਲ ਲਾਂਗੇ ਤੁਹਾਨੂੰ। ਗੱਲ ਇਹ ਵੀ ਹੁਣ ਜਿਹੜੀ ਫਾਦਰ ਦੀ ਪਿੰਡ 'ਚ ਵਾਕਫੀ ਸੀਗੀ 63 ਦੇ ਵਿੱਚ, ਉਹ ਹੁਣ ਰਹੀ ਨਹੀਂ, ਪਿੰਡ ਆਬਾਦੀ ਵੱਧ ਬਹੁਤ ਗਈ, 63 ਤੋਂ ਲੈ ਕੇ ਹੁਣ ਤੱਕ ਆਬਾਦੀ ਡਬਲ ਹੋ ਗਈ ਹੋਣੀ ਆ। ਸੋ ਬਹੁਤ ਸਾਰੇ ਇੱਥੇ ਚਿਹਰੇ ਨੇ ਜਿਹੜੇ ਮੇਰੇ ਫਾਦਰ ਨੂੰ ਰੈਕਗਨਾਈਜ਼ ਕਰ ਸਕਦੇ, ਅਸੀਂ ਤਾਂ ਕਿੱਥੇ ਰੈਕਗਨਾਈਜ਼ ਕਰਦੇ ਹਾਂ, ਪਿੰਡ ਵੱਡੇ ਹੋ ਗਏ। ਤੁਹਾਡੇ ਮਦਰ ਜਿਹੜੇ ਨੇ, ਉਹਨਾਂ ਦੀ ਵਿਜ਼ਿਟ ਇਸ ਘਰ 'ਚ, ਉਹਨਾਂ ਦਾ ਮੈਨੂੰ ਲੱਗਦਾ
ਜ਼ਿਆਦਾ ਸਮਾਂ ਇੱਥੇ ਨਿਕਲਿਆ ਵਿਆਹ ਤੋਂ ਬਾਅਦ ਤੇ ਫਿਰ ਤੁਹਾਡਾ ਬਰਥ ਵੀ ਇੱਥੇ ਹੋਇਆ? ਨਹੀਂ, ਥ੍ਰੇਡ ਚ ਮੈਰਿਜ ਸੀ, ਸੋਰੀ ਮੇਰੀ ਮਦਰ ਦੀ ਮੈਰਿਜ ਸੀ ਆਈ ਥਿੰਕ 57 ਚ, ਸੋ ਸ਼ੀ ਸਪੈਂਟ ਤਕਰੀਬਨ 10 ਸਾਲ ਇੱਥੇ, ਕਿਉਂਕਿ 66 ਨਵੰਬਰ ਚ ਜੋ ਮੇਰੇ 2 ਸਾਲ ਅਤੇ 10 ਮਹੀਨੇ ਦੀ ਉਮਰ ਸੀਗੀ ਉਦੋਂ ਅਸੀਂ ਫਿਰ ਲੰਡਨ ਚਲੇ ਗਏ ਸੀ। ਮਦਰ ਦੇ ਇਮੋਸ਼ਨ ਹਜੇ ਵੀ ਲੰਡਨ 'ਚ, ਅਸੀਂ ਇੱਕ ਘਰ 'ਚ 32 ਸਾਲ ਰਹੇ ਸੀਗੇ, ਭਾਵਾਂ ਮੁੰਡੇ ਵਿਆਹੇ ਗਏ, ਨੂੰਹਾਂ ਆ ਗਈਆਂ, ਲੇਕਿਨ ਉਹ ਹਮੇਸ਼ਾ ਮਦਰ ਦਾ ਘਰ ਹੀ ਮੰਨਿਆ ਜਾਂਦਾ ਸੀਗਾ। ਮੈਨੂੰ ਲੱਗਦਾ ਇਸ ਘਰ ਦੇ ਨਾਲ ਮੇਰੀ ਤਾਈ ਜੀ ਦੀ ਜ਼ਿਆਦਾ ਅਟੈਚਮੈਂਟ ਆ, ਕਿਉਂਕਿ ਉਹਨਾਂ ਦਾ ਮਦਰ ਅਤੇ ਮੇਰੇ ਤਾਈ ਜੀ ਸਿਸਟਰਸ ਨੇ, ਸੋ ਤਾਈ ਜੀ ਵੀ ਨੇ ਅਤੇ ਮਾਸੀ ਜੀ ਵੀ ਨੇ, ਅਤੇ ਤਾਈ ਜੀ ਇੱਥੇ ਰਹੇ ਅਤੇ ਉਹਨਾਂ ਨੇ ਮੇਰੇ ਗ੍ਰੈਂਡਫਾਦਰ ਦੀ ਕਾਫੀ ਸੇਵਾ ਕੀਤੀ, 76 ਉੱਥੇ ਚਲੇ ਗਏ ਸੀ। ਮੰਮੀ ਮੇਰਾ ਬਰਥ ਪਿੰਡ ਹੋਇਆ ਸੀ ਕਿ ਨਾਨਕੇ ਹੋਇਆ ਸੀ, ਪਹਿਲਾਂ ਪੁੱਛਿਆ ਨਹੀਂ ਸੀ ਤੇ ਉਹਨਾਂ ਨੇ ਕਨਫਰਮ ਕੀਤਾ ਪਿੰਡ ਸੀ ਤੇ ਕਾਫੀ ਇਮੋਸ਼ਨਲ ਸੀ। ਸੋ ਹੁਣ ਉਹਨਾਂ ਨੈਕਸਟ ਟਾਈਮ ਮੈਂ ਪੁੱਛਣਾ ਵੀ ਜਿਹੜਾ ਘਰ ਸੀ ਆਹ ਹਿੱਸਾ ਵੀ ਇਹ ਆਈਡੈਂਟੀਫਾਈ ਕਰੋ ਕਿਹੜਾ ਸੀਗਾ, ਕਿਹੜਾ ਸਪੋਟ ਸੀ, ਉੱਥੇ ਮੈਂ ਲਿਖਣਾ ਜੱਸੀ ਵਾਸ ਬੋਰਨ ਹੇਅਰ।